ਦਸ ਦਸ ਦਾਤੀ ਜਿਹੜੇ ਪਹਿਲੇ ਆ ਜਾਣ ਯੋਗੀ ਆ ਕੇ ਬਹਿ ਜਾਣ ਪਿੱਛੇ ਲਾ ਜਾਓ ਜਿੱਥੇ ਜਿੱਥੇ ਜਗ੍ਹਾ ਮਿਲਦੀ ਜਾਣ ਉੱਥੇ ਬੰਦੇ ਜਾਣ ਹਰ ਬਾਰ ਬਾਰ ਦੀ ਤਜ਼ਾਮੀਆਂ ਉੱਤੇ ਜ਼ਮੀਨ ਅੱਗੇ ਮੇਰੀ ਗੁਜ਼ਾਰਿਸ਼ ਅਗਰ ਨਜਮਾ ਜਾਗ ਕੇ ਯੋਗੀ ਆ ਵੀ ਜਾਣ ਕਹਿੰਦੇ ਨਾ ਮੇਰਾ ਸਖ਼ਤ ਕਰਨਾ ਇਸ ਵਾਸਤੇ ਕਰਕੇ ਕਿਉਂਕਿ ਉਹ ਸਾਨੂੰ ਕਿਸੇ ਦਾ ਮਹਿਮਾਨ ਨਹੀਂ ਸਾਡਾ ਸੱਜਣ ਜਿੱਥੇ ਤੁਸੀਂ ਦੇਖੋ ਤੁਹਾਡੇ ਹੱਲ ਬਣਦਾ ਕੋਈ ਬਾਤ ਉਹਦੀ ਵਜ੍ਹਾ ਮੇਰੀ ਵਾਲਤ ਵਿੱਚ ਪੜ ਬੈਠਾ ਅਸੀਂ ਟੱਕੇ ਟੱਕੇ ਦੇ ਬਣਦੇ ਨਹੀਂ ਸਾਨੂੰ ਕੋਈ ਔਕਾਤ ਨਹੀਂ ਸਹੀਦਾਂ ਦਾ ਸ਼ਗਲਾਂ ਦਾ ਸਰਦਾਂ ਦਾ ਰੰਗ ਬਣਾਏ ਸਾਡੀ ਕੋਈ ਹੈਸੀਅਤ ਨਹੀਂ ਖੁਦਾ ਗਵਾ ਹੁਸੈਨ ਵਾਲਾ ਖਾਤਾ ਹੈ ਹੁਸੈਨ ਦਾ ਨਾਮ ਪਾਸੇ ਨਾਲੋਂ ਹਟਾਓ ਚਾਹੋ ਕਿਸੇ ਦਾ ਕੋਈ ਤਾਰੁਫ ਹੀ ਨਹੀਂ ਲੇਕਿਨ ਤੂੰ ਆਪਣੇ ਬਖਤਾਂ ਦਾ ਅੰਦਾਜ਼ਾ ਕਰ ਤਾਂ ਸਹੀ ਬਈ ਜਦੋਂ ਮਜਲਸੇ 'ਚ ਵੜਦਾ ਹੈ ਤਾਂ ਉਸ ਬੂਹੇ 'ਤੇ ਇੱਕ ਜ਼ਖਮੀ ਸਰਦਾਰ ਜਿਹਨੂੰ ਸੱਜਾਦ ਆਦੇ ਨੇ ਉਹ ਤੇਰਾ ਇਸਤਕਬਾਲ ਕਰਦਾ ਇਸਤਕਬਾਲ ਉਹ ਕਰਦਾ ਔਰ ਮੈਂ ਰਿਵਾਇਤ 'ਚ ਪੜ੍ਹਿਆ ਕਿ ਤੂੰ ਮੈਂ ਦੇਰ ਨਾਲ ਆਉਂਦੇ ਹਾਂ ਮਾਵਾਂ ਧੀਆਂ ਦੇਰ ਨਾਲ ਨਹੀਂ ਆਉਂਦੀਆਂ ਮਾਵਾਂ ਧੀਆਂ ਇੱਕ ਰਾਤ ਪਹਿਲੇ ਆਉਂਦੀਆਂ ਤੂੰ ਮੈਂ ਆਪਣੀ ਮਰਜ਼ੀ ਨਾਲ ਸੁਣਦੇ ਹਾਂ ਮਾਵਾਂ ਧੀਆਂ ਹਰ ਦੀਵਾਰੀ ਰੋਂਦੀਆਂ ਅਗਲੀ ਗੱਲ ਇਹ ਕਿ ਮਜਲਿਸ ਸ਼ੁਰੂ ਹੋ ਜਾਵੇ ਕੋਈ ਇੱਕ ਜ਼ਕਰ ਹੋਵੇ ਦੋ ਹੋਵੇ ਮੁਹਰਮ ਦੀ ਤਰਤੀਬ ਹੀ ਅਲੱਗ ਹੁੰਦੀ ਮੁਹਰਮ ਦੇ ਬਾਰੇ ਤੋਂ ਮੈਂ ਰਿਵਾਇਤ 'ਚ ਪੜ੍ਹਿਆ ਹੈ ਕਿ ਇਮਾਮ ਏ ਸਾਦਿਕ ਫਰਮਾਇਆ ਜਿਹੜਾ ਬੰਦਾ ਜ਼ਿੰਦਗੀ 'ਚ ਇੱਕ ਵਾਰੀ ਮੱਛਰ ਦੇ ਪਰ ਜਿਤਨਾ ਸ਼ਬੀਰ ਨੂੰ ਰੋਵੇ ਬਸ ਪੂਰੀ ਜ਼ਿੰਦਗੀ ਨਾ ਰੋ ਸਕੇ ਇੱਕ ਵਾਰੀ ਬਸ ਜ਼ਿੰਦਗੀ 500 ਸਾਲ ਦੀ ਹੋਵੇ 50 ਸਾਲ ਦੀ ਹੋਵੇ ਮੱਛਰ ਦੇ ਪਰ ਜਿਤਨਾ ਹੁਸੈਨ ਨੂੰ ਰੋਵੇ ਬਸ ਪੂਰੀ ਜ਼ਿੰਦਗੀ ਨਾ ਰੋ ਸਕੇ ਇਮਾਮਾਂ ਦੇ ਨਸੀ ਉਧਾਰ ਨਹੀਂ ਰੱਖਦੇ ਜਦੋਂ ਅਜ਼ਾਦਾਰ ਮਰ ਜਾਵੇ ਨਾ ਮੇਰੀ ਦਾਦੀ ਉਹਦੇ ਮਈਅਤ 'ਤੇ ਰੋਂਦੀ ਹੈ ਕਿੱਥੇ ਤੂੰ ਮੈਂ ਅਤੇ ਕਿੱਥੇ ਹੁਸੈਨ ਦੀ ਮਾਂ ਔਰ ਇਰਾਨ ਦਾ ਬੜਾ ਮਸ਼ਹੂਰ ਵਾਕਿਆ ਜਿਹੜਾ ਪੜ੍ਹਦਾ ਖਲੋਤਾ ਕਿ ਕਮਾਈ ਦਾ ਜਵਾਨ ਇੱਕੋ ਇੱਕ ਪੁੱਤਰਾ ਹੀ ਉਹ ਮਰ ਗਿਆ ਤਕਦੀਰ ਦਾ ਪਰ ਲੱਗਾ ਮਰ ਗਿਆ ਬੇਵਾ ਔਰਤ ਆਈ ਹੋਰ ਕੋਈ ਧੀ ਪੁੱਤਰ ਨਾ ਪੁੱਤਰ ਨੂੰ ਦਫਨ ਕਰਕੇ ਕਬਰ 'ਤੇ ਬਹਿ ਗਈ ਮਹੱਲੇ ਵਾਲੀਆਂ ਨਾ ਆਖਿਓ ਜਾਓ ਅਤੇ ਜਾ ਕੇ ਮੇਰਾ ਘਰ ਤੁਸੀਂ ਲੈ ਲਓ ਮੈਂ ਕੋਈ ਨਹੀਂ ਆਉਣਾ ਉਹ ਲਿਉਟ ਸਾਂਜ ਲੈਣ ਦੇ ਨਾਲ ਮੇਰੀ ਕਬਰ ਬਣ ਗਈ ਮੈਂ ਨਹੀਂ ਜਿੰਦੀ ਮੈਂ ਮਰ ਗਈ ਮੇਰਾ ਜਵਾਨ ਪੁੱਤਰ ਸਾਰਾ ਦਿਨ ਔਰਤਾਂ ਹੱਥ ਨੱਪਦੇਰੀਆਂ ਲਈਆਂ ਆ ਚੱਲੀਏ ਛੁੜਾ ਲਵੇ ਆ ਮੈਂ ਤੁਹਾਡੇ 'ਤੇ ਰਾਜ਼ੀ ਹਾਂ ਜਾਓ ਤੁਹਾਡੀ ਮੁਹੱਬਤ ਦਾ ਮੇਰੇ ਨਾਲ ਸ਼ੁਕਰੀਆ ਜਾਓ ਮੇਰੇ ਗਮ ਮੇਰੇ ਸ਼ਰੀਕ ਹੋਈਆਂ ਜਾਓ ਮੈਂ ਨਹੀਂ ਆਉਣਾ ਸ਼ਾਮੀ ਇਹਦੇ ਘਰ ਦੇ ਬਿਲਕੁਲ ਸਾਹਮਣੇ ਵਾਲੀ ਘਰ ਦੇ ਵਿੱਚ ਜਿਹੜੀ ਮਸਤੂਰ ਆਈ ਨਾ ਉਹ ਸਹੀ ਆਜ਼ਾਦੀ ਆਈ ਉਹ ਕਬਰਸਤਾਨ ਆਈ ਅਤੇ ਉਸ ਆ ਕੇ ਮੁੱਢ 'ਤੇ ਹੱਥ ਰੱਖਿਆ ਕਿ ਮੈਂ ਆਖਿਆ ਨਹੀਂ ਸਾਰੀਆਂ ਲੱਗੀਆਂ ਜਾਓ ਮੈਂ ਰਾਜ਼ੀ ਹਾਂ ਉਸ ਅੱਗੇ ਮੈਂ ਇਸ ਵਾਸਤੇ ਨਹੀਂ ਆਖਿਆ ਜ਼ਰਾ ਉੱਤੇ ਵੇਖੋ ਨਾ ਚੰਨ ਮੁਹੱਰਮ ਦਾ ਚਾਲਾ ਹੈ
ਡੂਗਿਆਂ ਬੰਦਿਆਂ 'ਚ ਪੜਦਾ ਕਲੋ ਤਾਂ ਚੰਨ ਮੁਹਰਮ ਦਾ ਝਾੜਾ ਹੈ। ਅੱਲਾ ਗਵਾਹ ਹੈ ਸਕੇ ਪੁੱਤਰ ਦੇ ਜਨਾਜ਼ੇ ਤੂੰ ਕਬਰ ਤੂੰ ਇਨ ਜੁੱਠੀ ਜਿਵੇਂ ਲੱਗਦੀ ਜੀ ਲੱਗਦੀ ਕੁਝ ਨਹੀਂ, ਇਨ ਜੁੱਠੀ ਜਿਵੇਂ ਲੱਗਦੀ ਕੁਝ ਨਹੀਂ। ਔਰ ਉੱਠ ਕੇ ਚਾਰ ਕਦਮ ਪਿੱਛਾ ਹੱਟੀ, ਔਰ ਚਾਰ ਕਦਮ ਪਿੱਛਾ ਹੱਟ ਕੇ ਨਾ ਪਿੱਛਾ ਹੱਟ ਕੇ ਆਖੀ ਉਸ ਪਿਆਰਾ ਤੂੰ ਵੀ ਬੜਾ ਪਰ ਤੇਰੇ ਤੋਂ ਬਹੁ ਪਿਆਰਾ ਹੀ ਮੈਨੂੰ ਅਕਬਰ ਦਾ ਬਾਬਾ। ਮੈਂ ਹੁਣ ਸ਼ਬੀਰ ਨੂੰ ਰੋਸਾਂ, ਮੈਂ ਤੈਨੂੰ ਰੋਸ। ਬਾਰਾਂ ਦਿਹਾੜੇ ਵਿਹੜੇ ਦੇ ਵੇਲੇ ਪੁਰ ਮਸਤੂਰਾਂ 'ਚੋਂ ਕੋਈ ਇੱਕ ਮਸਤੂਰ ਮੁਸਲਸਲ ਬੋਲ ਰਹੀ ਹੈ ਉਨ ਦੂਜੀਆਂ ਬੀਬੀਆਂ ਹੱਥ ਬੰਨਣ ਕੇ ਬੀਬੀ ਦੇ ਨਾਂ 'ਤੇ ਖਾਮੋਸ਼ ਰਹੋ। ਬਾਰਾਂ ਦਿਹਾੜੇ ਰੋਂਦੀ ਰਹੀ ਪੂੜੀ ਪਾ ਕੇ, ਬਾਰਾਂ ਦਿਨਾਂ ਬਾਅਦ ਹਿਜਰ ਮਜਬੂਰ ਕੀਤੀ ਉਸ ਜੋ ਮੈਂ ਵੰਝ ਕੇ ਨਾ ਪੁੱਤਰ ਦੀ ਕਬਰ ਵੇਖਾਵਾਂ ਮੈਂ ਮਿੱਟੀ ਸੁੱਕੀ ਹੈ ਕਿ ਕੋਈ ਨਾ। ਬਾਬਾ ਜੀ ਪੁੱਤਰ ਦੀ ਬਿਸਮਿਲ੍ਲਾ ਕਰਾਂ, ਤੁਸੀਂ ਸਫੈਦ ਰੀਸ ਜਿਲੇ ਰਹੰਜ ਨਾਲ ਦੁਆ ਦਿੰਦੇ ਹੋ, ਉਹਲੇ ਅੰਦਰ ਮੁਤਮਿਨ ਹੋ ਜਾਂਦਾ ਮੈਂ ਕਬੂਲ ਹੋ ਗਈ ਉਸੀ ਬਜ਼ੁਰਗਾਂ ਦੀ ਦੁਆ। ਅੱਲਾ ਰੱਦ ਨਹੀਂ ਕਰਦਾ, ਵਾਦਾ ਮੈਂ ਇੱਕ ਦਾੜੀ ਦਾ ਵਾਲ ਚਿੱਟਾ ਹੋਵੇ ਮੈਂ ਹਯਾ ਕਰਦਾ। ਆਈ ਆ ਕੇ ਕਬਰ ਦੀ ਮਿੱਟੀ ਵੇਖਣ ਲੱਗੀ, ਕਬਰ ਦੀ ਮਿੱਟੀ ਵੇਖਣ ਲੱਗੀ, ਵੇਖੀ ਉਸ 'ਤੇ ਕਾਲੇ ਬੁਰਕੇ ਵਾਲੀ ਬੀਬੀ। ਕਬਰ ਦੇ ਪਿੱਛੋਂ ਖਲੋ ਕੇ ਮੋਢੇ 'ਤੇ ਹੱਥ ਰੱਖ ਕੇ ਪਿਆਦੀ ਹੈ, ਮਾਈ ਮੈਨੂੰ ਪਤਾ ਹੈ ਪੁੱਤਰਾਂ ਦੀਆਂ ਮੌਤਾਂ ਖਾ ਜਾਂਦੀਆਂ। ਔਰ ਇਨਸਾਨ ਨੂੰ ਰਾਹ ਨਹੀਂ ਲੱਭਦਾ, ਮੈਂ ਵੀ ਗੁਸਤਾਨ ਤਾਈਂ ਔਖੀ ਆਈ ਹਾਂ, ਰਾਹ ਵਾਕਿਆ ਨਹੀਂ ਲੱਭਦਾ। ਸੱਚੀ ਗੱਲ ਹੈ, ਪਰ ਬੰਦਾ ਭੁੱਲ ਵੀ ਜਾਂਦਾ ਹੈ, ਕਬਰਾਂ ਜਿਹੀਆਂ ਕਬਰਾਂ ਇੱਕੋ ਜਿਹੀਆਂ ਆਉਂਦੀਆਂ, ਭੁੱਲ ਜਾਂਦਾ ਇਹਦੇ ਤਖਤੀਆਂ 'ਤੇ ਲੱਗੀਆਂ ਕੋਈ ਨਹੀਂ, ਤੇਰਾ ਵੀ ਕੋਈ ਹੁਣੇ ਹੁਣੇ ਪੁੱਠਾ ਹੋ ਸੀ। ਕਿਹੜਾ ਬੰਦਾ ਜਿਹਦੀ ਹਾਏ ਨਾ ਨਿਕਲੇ, ਬੀਬੀ ਤਾਂ ਦੀ ਉਦਾਂ ਹੀ ਮੂੰਹ ਰੱਖ ਕੇ ਖਬਰ ਵੱਲ, ਬੀਬੀ ਆ ਦੀ ਤੂੰ ਮੇਰੇ ਕੁੱਠੇ ਦੀ ਗੱਲ ਕਰੀਏ, ਮੇਰਾ ਤਾਂ ਅਜੇ ਦਫਨ ਵੀ ਨਾ ਹੀ ਹੋਇਆ। ਬਾਰਾਂ ਮੁਹਰਮ ਆਈ ਮੇਰਾ ਤਾਂ ਅਜੇ ਦਫਨ ਵੀ ਜੀ ਆਖਾਂ, ਮੇਰਾ ਤਾਂ ਅਜੇ ਦਫਨ ਵੀ ਨਾ ਹੀ ਹੋਇਆ। ਕਬਰ ਤੋਂ ਬੀਬੀ ਰੋਂਦੇ ਬੈਠਣ ਉਦਾਂ ਹੀ ਮੂੰਹ ਕਰਕੇ, ਬੀਬੀ ਮੈਂ ਆਖਣਾ ਇਹ ਚਾਹੁੰਦੀ ਹਾਂ ਤੂੰ ਭੁੱਲ ਗਈ ਹੈ, ਇਹ ਤੇਰੇ ਪੁੱਤਰ ਦੀ ਬਾਤ ਕਬਰ ਨਹੀਂ। ਬੀਬੀ ਆਦੀ ਨਾ ਮੈਂ ਭੁੱਲਣ ਵਾਲੀ ਨਹੀਂ। ਬੜੇ ਅੰਦਰੋਂ ਰੋਂਦੇ ਹੋ ਤੁਸੀਂ ਅਜ਼ਾਦਾ ਰਿਸ਼ਕ ਨਾਲ ਮਸਾਬ ਨਾਲ ਤੁਨਿਸ਼ਕੇ, ਮੈਂ ਭੁੱਲਣ ਵਾਲੀ ਨਹੀਂ, ਮੈਂ ਮੁਸਾਫਰ ਆਏ ਸ਼ਾਮ ਦੀ ਮਾਂ, ਮੈਂ ਭੁੱਲਣ ਵਾਲੀ ਨਹੀਂ, ਮੈਂ ਹਸਨ ਅਤੇ ਹੁਸੈਨ ਦੀ ਮਾਂ। ਤੁਸੀਂ ਰੋ ਪਏ ਹੋ ਤੋ ਚੁੱਪ ਕਰ ਗਈ ਹੋ ਸੀ, ਡੱਠੀ ਏ ਪੈਰਾਂ 'ਤੇ ਤੇ ਆਦਿ ਹਾਲ ਹੋਏ, ਤੂੰ ਮੇਰੇ ਪੁੱਤਰ ਨੂੰ ਪਈ ਰੋਨੀ, ਕਿਤਨੀ ਹਾਇ ਕਰ ਸੀ ਬੀਬੀ ਗੱਲ ਲੱਗ ਕੇ ਆਦਿ ਦਾ ਦੇ ਤੂੰ ਮੇਰੇ ਨੂੰ ਰੋਂਦੀ ਰਹੀ। ਮੈਂ ਤੇਰੇ ਨੂੰ ਰੋਂਦੀ ਰਹੀ ਹਾਂ ਲੱਖ ਵਾਰੀ, ਬੜੇ ਚੰਗੇ ਲੱਗਦੇ ਹੋ ਜੇ ਲਈ ਹੱਥ ਚਾਹ ਕੇ ਤੁਸੀਂ ਰੋਂਦੇ ਹੋ, ਤੁਹਾਡੇ 'ਤੇ ਤੁਹਾਡੇ ਪਿੰਡ 'ਤੇ ਕਰਮ ਵੱਖਰਾ ਇਹ ਗੱਲ ਜੀ। ਅੱਖਾਂ ਮੇਰੀ ਨੌਕਰੀ ਬਤਰਸ ਕਰਾਂ, ਸਾਦਾਤ ਵੈਰੇ ਸਾਦਾਤ, ਇੱਥੋਂ ਦੇ ਮਕਾਮੀ ਅਜ਼ਾਦਾਰ
ਨਾ ਗਾਮ ਰਾਣਾ ਬਰਾਦਰੀ, ਜਿੱਥੋਂ ਜਿੱਥੋਂ ਸ਼ਬੀਰ ਦਾ ਕੋਈ ਅਜ਼ਾਦਾਰ ਆਇਆ, ਹਰ ਦੇ ਪੈਰਾਂ 'ਤੇ ਹੱਥ ਰੱਖ ਕੇ, ਬੀਬੀਆਂ ਦੀ ਅਸੀਂ ਉਧਾਰ ਨਹੀਂ ਰੱਖਦੇ। ਮਜਲਿਸ 'ਚ ਅਜ਼ਾਦਾਰ ਵੜਦਾ ਨਾ, ਕੁੱਲ ਇਸਤਕਬਾਲ ਸਜਾਦ ਕਰਦਾ, ਔਰ ਮੈਂ ਹਮੇਸ਼ਾ ਨਾ ਇਲੇ ਕਿਸੇ ਅਜ਼ਾਦਾਰ ਦੀ ਹਾਜ ਨਾ ਉਹ ਦੇ ਕੰਨ ਕੁੱਲ ਬਤੂਲ ਰੋ ਕੇ ਕਵੈਣ ਕਰਦੀ, ਰੁਮਾਲ ਰੱਖੀ ਖਲੀ ਹੁੰਦੀ, ਹੁਣ ਮਹਿਸੂਸ ਕਰ ਰੁਮਾਲ ਰੱਖਿਆ ਸੀ ਰੱਖ ਕੇ ਆਦੀ, ਵੇ ਸ਼ਬੀਰ ਦਾ ਜ਼ਾਦਾਰ, ਵੇ ਮੈਨੂੰ ਤੂੰ ਤੇ ਖਾਲੀ ਨਾ ਮੋੜ, ਕੰਡ ਦੇ ਚਾ ਮੇਰੇ ਹੁਸੈਨ ਦੇ ਜ਼ਖਮਾਂ ਦਾ ਮਰਮ ਬਣ ਪਵੇ, ਮੇਰਾ ਇਬਰਤ ਦਾ ਕੋਠਾ ਸ਼ਬੀਰੀ। ਔਰ ਜਿਲੇ ਮਜਲਿਸ 'ਤੇ ਮੈਂ ਆਜ਼ਾਦਾਰੀ ਦੀ ਆਦਾਬ ਅਤੇ ਸਲੀਕੇ ਦੇ ਵਾਸਤੇ ਗੱਲਾਂ ਕੀਤੀਆਂ ਨੇ, ਕਿਉਂਕਿ ਫਜ਼ਾਇਲ ਤੋਂ ਪੜ੍ਹ ਨਹੀਂ ਸਕਦੇ, ਉਹਦੀ ਵਜ੍ਹਾ ਹੈ ਕਿ ਅੱਜ ਤੂੰ ਤੇ ਆਦੀ ਵਧੀ ਉਹ ਸੀ ਮਾਸੂਮਾ ਅਲ ਆਤਾਸ਼ ਸਤਵੀਂ ਦੀ ਸ਼ਰਤ 'ਤੇ ਲੱਗਦੀ ਹੈ ਨਾ, ਆਦੀ ਵਧੀ ਭਲਾ ਹੋਵੇ ਬੈਠ ਕਰ ਕਰੋ, ਫਜ਼ਾਇਲ ਤਾਂ ਬਣਦਾ ਨਹੀਂ। ਇਸ ਵਾਸਤੇ ਮੈਂ ਆਖਿਆ ਜ਼ਰਦਾਰੀ ਦੇ ਮੈਂ ਆਦਾਬ 'ਤੇ ਗੱਲਾਂ ਕਰਕੇ ਜਨਾਬ ਅੱਗੇ ਹੱਥ 'ਚ ਬੰਨਾ, ਇੱਕ ਤਾਂ ਸਾਰਿਆਂ ਅੱਗੇ ਮੇਰਾ ਤਰਲਾ ਨਜ਼ਰੇ ਅੱਲਾ ਨਿਆਜ਼ੇ ਹੁਸੈਨ, ਬਾ ਵਜ਼ੂ ਆਈ ਕਰੋ, ਐਵੇਂ ਨਾ ਹੀ ਕਰੋ ਬੇ ਰੋਡ ਉੱਤੇ ਸਿਗਰਟ ਬੁਝਾਇਆ ਅਤੇ ਮਜਲਿਸ 'ਚ ਆ ਕੇ, ਨਹੀਂ 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 ਨਹੀਂ, ਬਤੂਲ ਉੱਥੇ ਬੰਦੀ ਅਤੇ ਸਾਰੇ ਸਰਦਾਰ ਤੁਹਾਡੇ 'ਚ ਬੰਦ, ਤੂੰ ਇਹ ਮਹਿਸੂਸ ਕੀਤਾ ਕਰ ਬਗੈਰ ਤਹਾਰਤ ਵਜ਼ੂ ਦੇ ਤੂੰ ਹੁਸੈਨ ਨਾਲ ਕਿਵੇਂ ਬਸ ਹੈ, ਰੋਣ ਵਾਸਤੇ ਆਪਣੀ ਅੱਖ ਪਾਕ ਰੱਖ। ਅੱਛਾ ਜਦੋਂ ਤੂੰ ਜਾਂਦਾ ਪਿਆਉਂਦਾ, ਮੈਂ ਪੂਰੇ ਮੁਲਕ 'ਚ ਇਹ ਤਰਲਾ ਹਰ ਬੰਦੇ ਅੱਗੇ ਕੀਤਾ ਆਪਣੇ ਵੀਰਾਂ ਤੁਹਾਡੇ ਤੋਂ ਲੈ ਕੇ ਆਖਰੀ ਹੱਥ ਬੰਨ ਕੇ, ਇਹ ਜਿਹੜਾ ਮਜਲਿਸ ਵਾਲਾ ਦਰਵਾਜ਼ਾ ਹੈ ਨਾ, ਇੱਥੋਂ ਲੱਗਦਿਆਂ ਮੇਰੇ ਵਾਸਤੇ ਤੁਸੀਂ ਰਾਹ ਬਣਾਉਂਦੇ ਹੋ, ਮੈਂ ਮਮਨੂੰ ਨਾ ਮਸ਼ਕੂਰ ਹਾਂ, ਆਜ਼ਾਦਾਰੀ 'ਤੇ ਪਹੁੰਚਣਾ ਹੁੰਦਾ, ਵਗਰਨਾ ਮੈਂ ਕਦੀ ਵੀ ਨਹੀਂ ਆਖਿਆ ਕਿ ਮੇਰੇ ਵਾਸਤੇ ਰਾਹ ਬਣਾਓ, ਸਿਵਾਏ ਸ਼ਰਮ ਮੁਹਰਮ ਵਿੱਚ ਮਜਬੂਰੀ ਹੁੰਦੀ। ਇਹ ਜਿਹੜਾ ਮਜਲਿਸ ਵਾਲਾ ਦਰਵਾਜ਼ਾ ਹੈ ਨਾ, ਇੱਥੋਂ ਲੱਗਦਿਆਂ ਭੁੱਲ ਕੇ ਵੀ ਇੱਕ ਦੂਜੇ ਨੂੰ ਰਸ਼ ਧੱਕਾ ਨਹੀਂ ਦੇਣਾ, ਤੁਹਾਡੇ ਅੱਗੇ ਹੱਥ ਪਿਆ ਬੰਦਾ ਮੁੰਤਜ਼ਮੀਨ, ਮੇਰੀ ਵਜ੍ਹਾ ਤੋਂ ਵੀ ਧੱਕਾ ਨਹੀਂ ਦੇਣਾ, ਇਲਤਮਾਸ ਕਰਨੀ ਹੈ ਕਿ ਮੈਂ ਰਾਹ ਦਿਓ 'ਚ, ਇਲਤਮਾਸ ਕਰਨੀ, ਧੱਕਾ ਨਹੀਂ ਦੇਣਾ। ਕਿਉਂ ਮੈਂ ਰਿਵਾਇਤ 'ਚ ਪੜ੍ਹ ਬੈਠਾ ਹਾਂ ਵੀ ਇਸ ਬੂਹੇ 'ਤੇ ਜਦੋਂ ਅਜ਼ਾਦਾਰ ਰੋ ਕੇ ਜਾਂਦਾ ਪਿਆਉਂਦਾ ਨਾ, ਉਦੋਂ ਖਲੀਆਂ ਹੁੰਦੀਆਂ ਦੋ ਜ਼ਖਮੀ, ਹੱਥ ਪਾਸੇ ਤੇ ਹੁੰਦਾ, ਧੀ ਦਾ ਹੱਥ ਸਿਰ ਤੇ ਹੁੰਦਾ, ਮਾਂ ਪਾਸੇ ਤੋਂ ਹੱਥ ਚੈਂਦੀ, ਧੀ ਸਿਰ ਤੋਂ ਹੱਥ ਚੈਂਦੀ, ਮਾਵਾਂ ਦੀਆਂ ਰੱਖਦੀਆਂ ਨੇ ਮੱਥੇ 'ਤੇ ਹੱਥ, ਸ਼ਹੀਦਾਂ ਦਾ ਸ਼ਜਰਾ ਬੜਾ ਬੁਲੰਦ ਹੈ, ਤੇਰੀ ਮੇਰੀ ਕੀ ਔਕਾਤ ਉਹ ਹਸੀਅਤ, ਇੱਕ ਇੱਕ ਦੀ ਕੰਢ ਵੇਖ ਕੇ ਸਿਰਫ ਕੰਢ ਨਹੀਂ ਵੇਦੀਆਂ, ਨਾ ਲੈ ਕੇ ਆਦੀਆਂ ਨੇ ਵੇ ਤੁਹਾਡਾ ਭਲਾ ਹੋਵੇ, ਕਫਨਾਂ ਨੂੰ ਰੋਂਦੇ ਰਹੇ ਹੋ ਤੁਹਾਡਾ ਭਲਾ ਹੋਵੇ, ਸਾੜਿਆਂ ਪਿਆਸਿਆਂ ਨੂੰ ਨੇ ਬੁਲਾਇਆ ਤੁਹਾਡਾ ਭਲਾ ਹੋਵੇ। ਕੁਰਬਾਨ ਹੋ ਜਾਵਾਂ, ਆਓ ਮੈਂ ਤੁਹਾਨੂੰ ਅੱਜ ਦੀ ਮਕਤਲ ਦਾ ਹਿੱਸਾ ਸੁਣਾਵਾਂ, ਕੱਲ੍ਹ
ਕੱਲ੍ਹ ਮਜਲਿਸ ਸ਼ਹਿਜ਼ਾਦੇ ਪਾਕ ਦੀ ਮਹਿੰਦੀ 'ਤੇ ਪੜਸਾਂ, ਔਰ ਪਰਸੋਂ 8 ਨੂੰ ਸਰਕਾਰੇ ਵਫਾ ਪੜਸਾਂ, ਔਰ 9 ਨੂੰ ਸ਼ਹਿਜ਼ਾਦਾ ਅਲੀ ਅਕਬਰ ਪੜਸਾਂ। ਬਤ ਅੱਗੋਂ ਦਾਵੀ ਦਾ ਦੇ ਜਾਣੇ ਅਤੇ ਆਜ਼ਾਦਾਰ ਜਾ। ਮੈਂ 9 ਦੀ ਹਾਜ਼ਰੀ ਦੇ ਕੇ ਮੁਹੱਲਾ ਚਲੇ ਜਾਸਾਂ। ਮੈਂ ਤੁਹਾਡਾ ਅਕਬਰ ਦੇ ਬਾਬੇ ਦੇ ਬੂਹੇ 'ਤੇ ਬਣ ਸਜਦਾ ਕਰਸਾਂ, ਤੁਹਾਡੇ ਹਿੱਸੇ ਦੀ ਟੱਕਰ ਉੱਥੇ ਜਾ ਮਾਰਸਾਂ। ਦੋ ਗੱਲਾਂ ਸੁਣਦੇ ਆਓ ਤਾਂ ਮੈਂ ਸ਼ੁਰੂ ਕਰ ਦੇਵਾਂ। ਸਾਰਿਆਂ ਤੋਂ ਨਿੱਕਾ ਹਾਈ ਸ਼ਬੀਰ ਦਾ ਅਲੀ ਅਸਗਰ, ਖਾਲੀ ਝੋਲੀਆਂ ਵਾਲੇ, ਖਾਲੀ ਝੋਲੀਆਂ ਵਾਲੇ ਜ਼ਰੂਰ ਪੀਣ ਲਵੋ, ਜ਼ਰੂਰ ਪੀਣ। ਬੜੀਆਂ ਕਰੀਮ ਨੇ ਕਰਬਲਾ ਦੀਆਂ ਮਾਂ। ਅੱਛਾ, ਝੂਲੇ ਦੀ ਗੱਲ ਆਉਂਦੀ ਹੈ ਨਾ ਸ਼ਹਿਜ਼ਾਦੇ ਦੀ, ਜੁਮਲਾ ਮੇਰਾ ਨਹੀਂ, ਮੈਂ ਆਇਤੁੱਲਾ ਕਿਬਲਾ ਮੁਰਤਹਿਦਨ ਅਲਾਮਾ ਵਜ਼ੀਰ ਹੈਦਰ ਨਜਫੀ ਸਾਹਿਬ, ਮੈਂ ਉਹਨਾਂ ਦੇ ਮੂੰਹ 'ਚੋਂ ਇਹ ਗੱਲ ਸੁਣੀ ਆਈ। ਉਹ ਆਦੇ ਨੇ ਝੂਲਾ ਜੀ ਦੀ ਛਬੀ ਨਹੀਂ ਨਿਕਲਦੀ ਹੈ। ਆਦੇ ਹਨ ਕਿ ਇਹ ਝੂਲਾ ਗਰੀਬ ਨਹੀਂ, ਜਦੋਂ ਵੀ ਬਰਾਮਦਗੀ ਹੋਵੇ ਬਾਈ ਅਸਾਂ ਰਜ਼ਾ ਕਰਾਵੇ, ਕੋਈ ਕਰਾਵੇ, ਜਿੱਥੇ ਕਰਾਵੇ, ਇਹ ਝੂਲਾ, ਇਹ ਝੂਲਾ ਕੁਝ ਨਹੀਂ ਹੁੰਦਾ। ਜੋ ਇਹ ਝੂਲਾ ਮਾਸੂਮ ਦੀ ਮਾਂ ਆਪ ਤਰਸ ਕਰ ਸੀ, ਸਾਡੇ 'ਤੇ ਵਸ ਹੀ ਨਹੀਂ। ਵਾਹ ਮਲਕ ਹੈ ਵਾਰਸ ਹੈ, ਉਪਰਸਾ ਝੱਲਣ ਉਹ ਸੀ ਤੁਹਾਡੀ ਰੋਂਦੀ ਅੱਖ। ਇਹ ਝੂਲਾ ਗਰੀਬ ਨਹੀਂ, ਇਹ ਝੂਲਾ ਬੜਾ ਅਮੀਰ। ਇਹ ਝੂਲਾ ਹਜ਼ਰਤ ਅਬਦੁਲ ਮੁਤਲਬ ਬਣਵਾਇਆ ਹਈ ਮੁਸਤਫਾ ਵਸ। ਬਿਸਮਿਲ੍ਲਾ ਕਰਾਂ ਬਾਬਾ ਜੀ, ਬਿਸਮਿਲ੍ਲਾ ਕਰਾਂ। ਮੈਂ ਨੌਕਰ ਹਾਂ ਤੁਹਾਡਾ ਪੁੱਤਰ, ਹਜ਼ਰਤ ਅਬਦੁਲ ਮੁਤਲਬ ਮੁਸਤਫਾ ਕਣ ਬਣਾਇਆ, ਮੁਸਤਫਾ ਹੰਡਾਇਆ, ਮੁਸਤਫਾ ਕੋਲੋਂ ਪਾਕ ਮੁਰਤਜ਼ਾ ਕੋਲ ਆਇਆ, ਸੈਯਦਾ ਕੋਲ ਆਇਆ, ਮੁਜਤਬਾ ਕੋਲ ਆਇਆ, ਸੈਯਦ ਓ ਸ਼ੋਦਾ ਕੋਲ ਆਇਆ। ਇਹ ਹੀ ਉਹ ਝੂਲਾ ਹੈ ਜਿਹਦੇ ਨਾਲ ਮਸ ਹੋ ਕੇ ਫੁਤਰਸ ਨੂੰ ਜੀ ਭਲਾ ਹੋਵੇ ਬਾਬਾ, ਫੁਤਰਸ ਨੂੰ ਪਰ ਲੱਦੇ। ਉਹ ਆਦੇ ਹਨ ਝੂਲਾ ਗਰੀਬ ਨਹੀਂ। ਅਗਰ ਫਜ਼ਾਇਲ ਪੜ੍ਹਾਂ ਤਾਂ ਪੂਰੀ ਮਜਲਿਸ ਝੂਲੇ 'ਤੇ ਸਿਰਫ ਪੜ੍ਹਾਂ। ਅੱਛਾ ਹੈ, ਝੂਲਾ ਗਰੀਬ ਨਹੀਂ, ਝੂਲਾ ਬੜਾ ਅਮੀਰ, ਅਮੀਰ ਝੂਲਾ। ਇਤਨੇ ਮਾਸੂਮਾਂ ਹਟਾਇਆ। ਅੱਛਾ, ਅਕਬਰ ਹਟਾਇਆ, ਕਾਸਿਮ ਬਾਬਾ ਜੀ ਹਟਾਇਆ, 60 ਹਿਜਰੀ ਦਾ ਰਜਬ ਅੱਲਾ ਸ਼ਬੀਰ ਨੂੰ ਇੱਕ ਪੁੱਤਰ ਦਿੱਤਾ ਜਿਹਦੀ ਪੂਰੀ ਜ਼ਿੰਦਗੀ ਸਫ਼ਰ 'ਚ ਗੁਜ਼ਰ ਗਈ। ਤੇ ਸਫ਼ਰ ਵੀ ਆਮ ਨਾ, ਸਫ਼ਰ ਵੀ ਸ਼ਹਾਦਤ ਦਾ, ਜਿਹਦੀ ਪੂਰੀ ਜ਼ਿੰਦਗੀ ਸਫ਼ਰ 'ਚ ਗੁਜ਼ਰ ਗਈ। ਸਫ਼ਰ ਵੀ ਆਮ ਨਾ, ਸਫ਼ਰ ਵੀ ਦੀ ਸ਼ਹਾਦਤ ਦਾ ਸ਼ਬੀਰ ਪੁੱਤਰ ਨੂੰ ਦਿੱਤਾ। ਅਸਗਰ ਦੇ 17 ਦਿਨਾਂ ਦਾ ਹਾਈ ਫਰਿਸ਼ਤ ਬਣ ਗਏ, ਅਸਗਰ 18 ਦਿਨਾਂ ਦਾ ਹਾਈ ਮਾਂ ਤੋਂ ਵਤਨ ਛੁੱਟਿਆ। 3 ਦੀ ਮਜਲਿਸ ਤੁਹਾਨੂੰ ਯਾਦ ਹੋਵੇ ਤਾਂ ਮੈਂ ਆਖਿਆ ਹਾਈ ਇੱਕ ਮਾਂਬਲ 'ਤੇ ਮਾਂ ਅਸਗਰ ਲੈ ਕੇ ਬੈਠੀ, ਔਰ ਦੂਸਰੇ ਮਾਂਬਲ 'ਤੇ ਭੀਗਾ ਸਵਾਰ ਹੋ ਗਿਆ, ਹੁਸੈਨ ਮੱਕੇ ਭੀਗਾ ਨਾਲ, ਹੁਸੈਨ ਮੰਜ਼ਲੇ ਜ਼ਬਾਲਾ ਓ ਸੋਕ ਭੀਗਾ ਨਾਲ, ਹੁਸੈਨ ਰਾਹੇ ਇਰਾਕ ਪਿੰਗਾ ਨਾਲ, ਹੁਸੈਨ ਦੋ ਨੂੰ ਕਰਬਲਾ ਪਿੰਗਾ ਨਾਲ,
ਚਾਰ ਨੂੰ ਖੈਮੇ ਪਟੀਤੇ ਭੀਗਾਂ ਨਾਲ ਸ਼ਬੇ ਅਸ਼ੂਰ ਆਇਆ ਹੋਰ ਦਾ ਕਾਫਲਾ ਆ ਕੇ ਤੱਸਾ ਅਸਗਰ ਵੇਖਿਆ ਅਤੇ ਕੋਲ ਖਲੋ ਕੇ ਮਾਸੂਮਾ ਹੋਰ ਦੀ ਦੀਨ ਪਿਆ ਦੀ ਆਈ ਵੇਖੇ ਨਾ ਮੇਰਾ 6 ਮਹੀਨਿਆਂ ਦਾ ਵਿਰਾ 96 ਘੰਟੇ ਦਾ ਤੱਸਾ ਹੈ ਮੇਰਾ 6 ਮਹੀਨਿਆਂ ਦਾ ਵਿਰਾ ਮੈਂ ਤੁਸਾਂ 3 ਵੀਰਾਂ ਦੀ ਝੋਲੀ ਭੁਰ ਹੋਣ ਵਾਸਤੇ ਦਿਲ ਦੁਆ ਪਿਆ ਮੰਗਦਾ ਜ਼ਬਾਨ ਤੂੰ ਸ਼ਾਇਦ ਉਤਨੀ ਅਸਰ ਨਾ ਰੱਖੇ ਉਹ ਪਬਲਿਕਲੀ ਹੋ ਜਾ ਸੀਗੀ ਜਿਹੜੀ ਦਿੱਲੀ 'ਚੋਂ ਨਿਕਲਦੀ ਉਹ ਵੱਖਰਾ ਅਸਰ ਰੱਖਦੀ ਖਾਲੀ ਝੋਲੀਆਂ ਲਿਆਉਂਦੀਆਂ ਝੋਲੀਆਂ ਪੁਰ ਰੋਸਨ ਮਾਸੂਮ ਦੀ ਮਾਂ ਦਾ ਵਾਅਦਾ ਹੈ ਮੇਰਾ ਵਾਅਦਾ ਨਹੀਂ ਉਹਦਾ ਵਾਅਦਾ ਹੈ ਮੈਂ ਦਲੀਲ ਦੇ ਦਿੰਦਾ ਭੀਗਾ ਨਾਲ ਦਾਵੀ ਦਦੇ ਚੜਿਆ ਅਸਗਰ ਨੁਸਰਤ ਇਮਾਮ ਵਾਸਤੇ ਕਰਬਲਾ ਚਲਾ ਗਿਆ ਭੀਗਾ ਖੈਮੇ ਰਹਿ ਗਿਆ ਹੁਸੈਨ ਕੁਸ ਗਿਆ ਅਤੇ ਖੈਮਿਆਂ ਨੂੰ ਚੁਗਿਰਦੂ ਤੁਸੀਂ ਪੜ੍ਹਨਾ ਤੁਸਾਂ ਖੈਮਿਆਂ ਨੂੰ ਚੁਗਿਰਦੂ ਵਾਹ ਲੱਗ ਗਈ ਆਇਤੁੱਲਾ ਵਜ਼ੀਰ ਹੈਦਰ ਨਜਫੀ ਫਰਮੈਂਦੇ ਹਨ ਸ਼ਾਮੇ ਗਰੀਬਾ 9 ਲੱਖ ਰਲ ਕੇ 3.5 ਘੰਟੇ ਅਸਗਰ ਦਾ ਝੂਲਾ ਲੁੱਟਦੇ ਰਹੇ ਕਿਤਨਾ ਬਾਬਾ ਕਾਲੇ ਖਾਂ ਕਿਤਨਾ ਪੁੱਤਰਾਂ ਦੇ ਸੁੱਖ ਵੇਖੇ ਬਾਬਾ ਆਂਸੂ ਗਿਰੀਏ ਦੀ ਵਜ੍ਹਾ ਤੋਂ ਤੇ ਤੂੰ ਤੇਰੀ ਔਲਾਦ ਮੈਨੂੰ ਬੜੀ ਪਿਆਰੀ ਲੱਗਦੀ ਜੀ 3.5 ਘੰਟੇ ਅਸਗਰ ਦਾ ਝੂਲਾ ਲੁੱਟਦੇ ਰਹੇ ਅਗਲੀ ਗੱਲ ਤੁਹਾਡੀ ਹਾਏ ਬਣਦੀ ਹੈ ਮਗਰ ਉਤਨੀ ਨਹੀਂ ਜਿਤਨੀ ਇਹਨਾਂ ਭੈਣਾਂ ਧੀਆਂ ਦੀ ਬਣਦੀ ਹੈ ਮਾਵਾਂ ਦੀ ਬਣਦੀ ਹੈ ਜ਼ਵਾਰ ਲੁੱਟ 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 ਕੇ ਜਿਲੇ ਰੱਜ ਗਏ ਨੇ ਜਿਹੜਾ ਬੱਚਿਆ ਹੈ ਉਹਨੂੰ ਮਾਂ ਦੇ ਸਾਹਮਣੇ ਅੱਗ ਲਾਈ ਜਿਹੜਾ ਬੱਚਿਆ ਹੈ ਉਹਨੂੰ ਮਾਂ ਦੇ ਸਾਹਮਣੇ ਅੱਗ ਲਾਈ ਨੇ ਮੈਂ ਮਾਵਾਂ ਵੇਖੀਆਂ ਮੈਂ ਮਾਵਾਂ ਵੇਖੀਆਂ ਮੈਂ ਮਾਵਾਂ ਵੇਖੀਆਂ ਨੇ ਜਦ ਤੱਕ ਮੇਰੀ ਵਾਲਦਾ ਜ਼ਿੰਦਾ ਰਹੀ ਮੇਰੀ ਵਾਲਦਾ ਜ਼ਿੰਦਾ ਰਹੀ ਜਿਹੜਾ ਕੱਪੜਿਆਂ ਦਾ ਸੂਟ ਮੇਰੀ ਮਾਂ ਮੈਨੂੰ ਪਹਿਲੇ ਦਿਹਾੜੇ ਪਵਾਇਆ ਕਿਉਂਕਿ ਮੈਂ ਮਾਂ ਪਿਓ ਤੇ ਇੱਕੋ ਆ ਨਾ ਭੈਣ ਨਾ ਭਰਾ ਇਕੱਲਾ ਅਤੇ ਜਿਹੜਾ ਪਹਿਲੇ ਦਿਨ ਮੇਰੀ ਮਾਂ ਮੈਨੂੰ ਪਵਾਇਆ ਹੀ ਨਾ ਇਸਾਕ ਬਿਰਾ ਤੁਹਾਡੇ ਨਾਲ ਤਾਂ ਫੈਮਿਲੀ ਵਾਲਾ ਰਿਸ਼ਤਾ ਹੈ ਪਹਿਲੇ ਦਿਨ ਜਿਹੜਾ ਮੈਨੂੰ ਸੂਟ ਮੇਰੀ ਮਾਂ ਪਵਾਇਆ ਉਹ ਮੇਰੀ ਮਾਂ ਬਾਤ ਕਿਤਨਾ ਅਰਸਾ ਸੰਭਾਲ ਕੇ ਰੱਖਿਆ ਔਰ ਸਾਡੇ ਘਰ 'ਚ ਅਜੇ ਵੀ ਹੁਣ ਤੱਕ ਮਹਿਫੂਜ਼ ਹੈ ਔਰ ਹੁਣ ਤੱਕ ਵੀ ਸਾਡੀ ਫੈਮਿਲੀ ਵੀ ਕਹਿੰਦੀ ਹੈ ਮੇਰੇ ਬੱਚਿਆਂ ਨੂੰ ਅੱਗੋਂ ਵੀ ਕਹਿੰਦੀ ਵੀ ਤੁਹਾਡੇ ਪਿਓ ਦੇ ਪਹਿਲੇ ਦਿਨ ਵਾਲੇ ਕੱਪੜੇ ਅਤੇ ਮੇਰੀ ਮਾਂ ਦੀ ਵਸੀਅਤ ਮੁਤਾਬਕ ਆਈ ਮਾਵਾਂ ਨੂੰ ਪਹਿਲੇ ਦਿਨ ਵਾਲੇ ਕੱਪੜੇ ਐਡੇ ਪਿਆਰੇ ਹੁੰਦੇ ਨੇ ਅਗਰ ਤੁਸੀਂ ਹਾਏ ਕਰੋ ਨਾ ਜਿਲੇ ਝੂਲੇ ਨੂੰ ਅੱਗ ਲਾਈ ਨੇ ਮੂੰਹ ਦੇ ਬਾਹਰ ਅਸਗਰ ਦੀ ਮਾਂ ਡੱਟੀ ਏ ਆਦੀ ਵੇ ਹਯਾ ਕਰ ਗਿੰਦ ਵਿੱਚ ਮੇਰੇ ਅਸਗਰ ਦੇ ਪਹਿਲੇ ਦਿਨਾਂ ਦੇ ਕੱਪੜੇ ਮੌਜੂਦ ਵੇ ਹਯਾ ਕਰ ਵੇਦ ਵਿੱਚ ਮੇਰੇ ਪੁੱਤਰ ਦੀਆਂ ਨਿਸ਼ਾਨੀਆਂ ਮੌਜੂਦ ਨੇ ਜੀ ਇਹ ਭੱਟੀ ਮਰਹੂਮ ਦਾ ਵੈਣ
ਬੱਟੀ ਮਰਹੂਮ ਪੜਦੇ ਹਨ, ਅੱਲਾ ਹੋਰ ਕਬਰ ਮੁਨੱਵਰ ਰੋਸ਼ਨ ਫਰਮਾਵੇ, ਅੱਲਾ ਉਹਨਾਂ ਦੇ ਖਾਨਦਾਨ ਨੂੰ ਆਬਾਦ ਰੱਖੇ। ਸੁਲਤਾਨ ਉਹ ਜ਼ਾਕਰੀ ਇਨਾਮਤ ਬਖਸ਼, ਭੱਟੀ ਆਦੇ ਹਨ ਢਹਿ ਪਈ ਹੈ ਤੇ ਰੋ ਕੇ ਆਦੀ ਆਈ, ਬੀਬੀ ਤਾਈ ਨੇ ਮੈਂ ਵਾਲ ਚੋਲੇ ਵਿੱਚ ਨੇ ਤਾਈ ਤਾਂ ਮੈਂ ਨੇ ਵਾਲ ਚੋਲੇ ਵਿੱਚ ਨੇ ਮੇਰੇ ਅਸਰ ਦੇ। ਚੋਲੇ ਸੁਣਦੇ ਆਓ, ਬਸ ਝੂਲਾ ਤੇ ਸੜ ਗਿਆ ਤੇ ਮਾਂ ਕੋਲ ਨਿਸ਼ਾਨੀ ਕਿਹੜੀ ਬੱਚੀ? ਉਹ ਕਦੀ ਜ਼ਾਕਰ ਨਾ ਪੜ ਸਕਦੇ ਜੇ ਸਜਾਦ ਨਾ ਦੱਸਦਾ, ਕਿਉਂਕਿ ਉਹ ਗੱਲ ਵਿਹੜੇ ਦੀ ਆਈ, ਵਿਹੜੇ ਵਾਲਿਆਂ ਨੂੰ ਪਤਾ ਹੋਣਾ। ਬਾਕੀ ਤੇ ਸਾਹਮਣੇ ਰਾਵੀ ਲਿਖਦੇ ਰਹੇ ਨਾ, ਇਹ ਸਜਾਦ ਬਿਆਨ ਫਰਮਾਈ ਹੈ, ਸਜਾਦ ਮੈਂ ਮਰ ਗਿਆ ਹਾਂ ਉਸ ਵੇਲੇ ਦੁਬਾਰਾ ਜਿਹੜੇ ਵੇਲੇ ਮੇਰੀ ਅੰਮਾ ਆਲੀਆ ਅਸਗਰ ਦੀ ਮਾਂ ਦੇ ਸਿਰ ਦੇ ਵਾਲੀ ਚਾਦਰ ਕਫਨ ਲਈ ਜੁਦਾ ਕੀਤੀ ਹੈ ਨਾ, ਕਫਨ ਪਵਾਉਣ ਵਾਸਤੇ ਜੁਦਾ ਕੀਤੀ ਹੈ, ਤੇ ਚੁੰਡ ਦੇ ਵਿੱਚ ਕੋਈ ਸ਼ੈ ਬੱਧੀ ਹੋ ਜਾਈ। ਅਸਾਂ ਕਿਹਾ ਕਿਹੜੀ ਕੀਮਤੀ ਸ਼ੈ ਹੈ ਜੋ ਬੜਾ ਚੁੰਮਦੀ ਆਈ? ਖੋਲ ਕੇ ਵੇਖਿਆ ਅਸਵਰ ਦੇ ਪੀਘੇ ਦੀਆਂ ਸੜੀਆਂ ਉਹਦੇ ਨਾਲ ਦੋ ਮਾਸੂਮਾਂ ਦੀ ਦੇ ਰੱਤ ਵਾਲੇ ਦੋ ਕਬਰਾਂ ਬਣਾ ਕੇ ਆਦੀ ਆਈ, ਮੇਰਾ ਪੁੱਤਰ ਕਰਬਲਾ ਮੇਰੀ ਧੀ ਸ਼ਾਮ ਰੁਲ ਕੇ। ਅੱਲਾਹੁ ਅਕਬਰ, ਅੱਲਾਹੁ ਅਕਬਰ। ਮੈਂ ਮਜ਼ਮੂਨ ਤੋਂ ਪੜ੍ਹਿਆ ਹੀ ਨਹੀਂ, ਉਹ ਤਾਂ ਦਰਦ ਖੱਲਾ ਦੱਸਣਾ। ਇਸ ਵਾਸਤੇ ਕਰਕੇ ਮੈਂ ਮਜ਼ਮੂਨ ਰਾਜ ਜਿਹੜੀ ਮਕਤਲ ਰਾਜ ਹੈ ਨਾ, ਜਿਹੜੀ ਤੁਸੀਂ ਹਰ ਜ਼ਾਕਿਰ ਤੋਂ ਸੁਣਦੇ ਹੋ, ਨਾਲੇ ਲਿਛਾਕਿਰ ਭਾਈ ਮੋਹਸਿਨ ਪੇ ਪੜ੍ਹਦੇ ਨੇ, ਇਹਦੇ ਮੌਲਾਨਾ ਭਾਈ ਸਾਹਿਬ ਤੁਰਾਬੀ ਸਾਹਿਬ ਪੇ ਪੜ੍ਹਦੇ ਨੇ, ਤੁਹਾਡੇ ਕੋਲ ਮੇਰੇ ਬਾਅਦ ਹਸਨ ਭਾਈ ਪੜ੍ਹਦੇ ਨੇ। ਅੱਲਾ ਹਰ ਇੱਜ਼ਤਦਾਰ ਨੂੰ ਇੱਜ਼ਤਾਂ ਦੇਵੇ, ਅੱਲਾ ਹਰ ਨੂੰ ਤਸੀਰਾਂ ਦੇਵੇ, ਅੱਲਾ ਹਰ ਨੂੰ ਆਪ ਨੂੰ ਗਿਰੀਆ ਅਤਾ ਕਰੇ, ਔਰ ਰੋਣ ਰੋਆਣ ਵਾਲਿਆਂ 'ਚ ਮਾਸ਼ੂਰ ਹੋਵੇ, ਸ਼ਬੀਰ ਦੀ ਨਲੈਨ ਦਾ ਸਦਕਾ। ਮੈਂ ਮਜ਼ਮੂਨ ਤੋਂ ਮੇਨ ਇਸ ਵਾਸਤੇ ਛੋੜ ਜਾਂਦਾ ਵੀ ਜਿਹੜਾ ਰਾਜ ਮਕਤਲ ਦਾ ਹਿੱਸਾ ਹੈ ਉਹ ਮੇਰੇ ਬਾਅਦ ਅੱਲਾ ਦੋਸਤ 'ਚ ਪੜ੍ਹ ਸੀ, ਉਹਦਾ ਹੱਕ ਨਾ ਗਸਬ ਹੋਵੇ। ਚਲੋ ਮੈਂ ਵੀ ਉਹ ਦਰਦ ਪੜ੍ਹਦਾ ਰਹਾਂ। ਮੈਂ ਤਾਂ ਮਕਤਲੇ 'ਚ ਇੱਕ ਮਜ਼ਮੂਨ ਖੋਲ੍ਹ ਪਵਾਂ ਤਾਂ ਖੁਦਾ ਗਵਾਏ ਉਹਦੇ 'ਤੇ ਅਸ਼ਰੇ ਪੜ੍ਹੇ ਜਾ ਸਕਦੇ ਨੇ। ਇੱਥੇ ਰਾਜ ਮਕਤਲੇ ਜਿਹੜੀ ਜਲਦੀ ਦੇ ਨਾਲ ਜ਼ਾਕਰ ਤੁਹਾਨੂੰ ਸੁਣਾ ਕੇ ਗੁਜ਼ਰ ਜਾਂਦੇ ਨੇ, ਮਗਰ ਨਾ ਅਸਗਰ ਕੋਈ ਇੱਕ ਵਾਰੀ ਕਤਲ ਹੋਇਆ। ਅਸਗਰ ਕੋਈ ਇੱਕ ਵਾਰੀ ਕਤਲ, ਜਾਣਦੇ ਨਾ ਰੋਕੋ, ਤੁਸੀਂ ਆਪਣੇ ਆਂਸੂ 'ਚ ਰਹੋ। ਅਸਗਰ ਕੋਈ ਇੱਕ ਵਾਰੀ ਕਤਲ ਹੋਇਆ? ਅੱਛਾ, ਉਲਮਾ ਬਾਬਾ ਜੀ ਪਿਆ ਦਿਨ ਕਈ ਵਾਰੀ ਉਲਮਾਏ ਮੈਂ ਕਾਤਲ ਆ ਦਿਨ ਕਿ ਅਸਗਰ ਕਤਲ ਹੋਇਆ ਹੈ ਚਾਰ ਵਾਰੀ, ਮਿੰਬਰ ਤੋਂ ਪੜੀਂਦਾ ਤ੍ਰੈ ਵਾਰੀ। ਮੇਰੇ ਤੇ ਲੋਕ ਪੁੱਛਦੇ ਨੇ ਮੇਰੇ ਕੋਲ, ਮੈਂ ਕਿਉਂਕਿ ਪੜ੍ਹਦਾ ਮਕਤਲ ਐਸੀ ਆ ਜਿਹੜੀ ਲੋਕਾਂ ਘੱਟ ਸੁਣੀ ਹੋਈ ਆਉਂਦੀ, ਉਹ ਬਾਅਦ ਵਿੱਚ ਬਾਅਦ ਪੁੱਛਦੇ ਨੇ ਬਈ ਅਸੀਂ ਕੋਈ ਨਾ ਪਹਿਲੇ ਸੁਣੀ ਹੁਣ ਤਾਈਂ, ਤੇ ਤੂੰ ਕਿੱਥੋਂ ਪੜ੍ਹੀ? ਤਾਂ ਮੁਸ਼ਕਲ ਨਹੀਂ ਹੈ, ਮੈਂ 9 ਸ਼ਬੇ ਅਸ਼ੂਰ ਨੂੰ ਕਰਬਲਾ ਚਲਾ ਜਾਸਾਂ, 14-15 ਨੂੰ ਵਾਪਸ ਹਟਿਓ ਸਾਂ, ਉਹਦੇ ਬਾਅਦ ਇੱਕ ਦਿਹਾੜੇ ਤੁਹਾਡੇ ਬਾਰਗਾਹ ਨੂੰ ਵੱਲ ਵਿਦਾਈ ਸਲਾਮ ਕਰਨ ਹਾਜ਼ਰ ਹੋ ਸਾਂ। ਜਦੋਂ ਹਾਜ਼ਰ ਹੋ ਸਾਂ ਤੁਹਾਡੇ ਬਾਰਗਾਹ ਨੂੰ ਸਲਾਮ ਕਰਨ, ਅਤੇ ਉਸ ਦਿਹਾੜੇ ਜਿਤਨੇ ਵੀ ਦੋਸਤ ਮੈਨੂੰ ਮਿਲਣਾ ਚਾਹੁੰਦੇ ਨੇ ਹਵਾਲੇ ਦੇ ਮੁਤਲਕ, ਮੈਂ ਹਰ ਨੂੰ ਹਵਾਲਾ ਦੇਣ ਵਾਸਤੇ ਆਪਣੀ ਹਰ ਗੱਲ ਦਾ ਹਾਜ਼ਰ ਹਾਂ, ਤਾਂ ਕਿ ਹਰ ਕੋਈ ਪੜ੍ਹੇ ਅਤੇ ਉਹ ਖੁਦ ਜ਼ਾਕਰ ਬਣੇ, ਖੁਦ ਘਰ ਗੱਲਾਂ ਸੁਣਾ ਕੇ ਰੋਵੇ। ਉਹ ਸਾਡਾ ਮੁਹਤਾਜ ਕਿਉਂ ਰੋਵੇ? ਉਹ ਅੰਦਰੂ ਵਜ਼ਾਦਾਰ ਹੋਵੇ।
ਪੁੱਛਣੇ, ਕੋਈ ਨਾਰਾਜ਼ ਨਹੀਂ ਹੁੰਦਾ ਹਵਾਲੇ ਤੋਂ, ਜਿਹੜਾ ਜਿੱਥੇ ਪੁੱਛੇ ਮੈਂ ਤੁਹਾਡੀ ਨੌਕਰੀ ਇਬਾਦਤ ਵਾਸਤੇ ਹਾਜ਼ਰ ਖਲੋਤਾ। ਅਸਗਰ 4 ਵਾਰੀ ਕਤਲ ਹੋਇਆ, ਮੈਂ ਤੁਹਾਨੂੰ ਪੋਟਿਆਂ 'ਤੇ ਗਿਣਿਆ ਨਾ, ਅਤੇ ਤੁਸੀਂ ਗਿਣੋ ਜ਼ਵਾਰ ਹੈਂ, ਅਤੇ ਮੈਂ ਤੁਹਾਨੂੰ ਗਿਣਾਵਾਂ। ਪਹਿਲੇ ਤੀਰ ਗਿਣਦੇ ਆਓ, ਇੱਕ ਗਿਣਨਾ ਹੈ ਨਾ, ਗਿਣਨਾ ਹੈ ਮਾਤਮ ਬਾਅਦ ਵਿੱਚ ਕਰਨਾ। ਪਹਿਲੇ ਤੀਰ ਵੱਤ ਨੇਜ਼ਾ ਗਿਣਦੇ ਆਓ, ਗਿਣਦੇ ਆਓ। ਵੱਤ ਖੰਜਰ ਦੇ ਨਾਲ ਸਰ ਜੁਦਾ ਨਹੀਂ ਨਿਕਲੀ ਅਜੇ ਤਾਈਂ, ਹਾਏ ਅਜੇ ਹਾਏ ਨੇ ਨਿਕਲੀ। ਚੌਥੀ ਵਾਰ ਪੜ੍ਹਾਂ ਪੜ੍ਹਾਂ ਚਾ ਸ਼ਿਕਾਣਾ ਪੜ੍ਹਾਂ ਚਾ, ਚੌਥੀ ਵਾਰੀ ਜਿਵੇਂ ਪਿਓ ਦਾ ਸਿਰ ਚੁੰਦ ਨੇਜੇ ਨੇ ਜਿਵੇਂ ਪਿਓ ਦਾ ਸਿਰ ਚੁੰਦ ਨੇਜੇ ਤੇ ਹਾ, ਐਵੇਂ ਹੀ ਐਵੇਂ ਹੀ ਅਸਗਰ ਦਾ ਸਿਰ ਚੁੰਦ ਨੇਜੇ ਤੇ ਹਾ। ਅੱਛਾ ਇਹ ਵੀ ਲੁਕਾ ਲੁਕਾ ਕੇ ਪੜ੍ਹਦਾ ਮੈਂ, ਕਿਉਂਕਿ ਅਜ਼ਾਦਾਰਾਂ ਦੇ ਦਿਲ ਦੇ ਫੱਟਣ ਦਾ ਖਤਰਾ ਹੁੰਦਾ ਹੈ। ਰਾਤੀ ਰਾਤੀ ਸਿਰ ਲਾ ਲੈਂਦੇ ਹਾਂ ਦੰਮੀ ਮਾਵਾਂ ਦੇ ਸਾਹਮਣੇ, ਓਨ ਜੀ ਸਵਾਰ ਕਰਦੇ ਹਾਂ ਜਿਵੇਂ ਯਾਰਾਂ ਨੂੰ ਕਰਦੇ ਹਾਂ। ਰਾਤੀ ਸੰਦੂਕਾਂ 'ਚ ਬੰਦ 'ਚ ਕਰਦੇ ਹਾਂ, ਇਹ 12 ਮੁਹਰਮ ਨੂੰ ਜੋ ਟੁਰੀਆਂ ਨੂੰ, ਅਤੇ 2 ਸਫ਼ਰ ਨੂੰ ਕਰਬਲਾ ਆਪਣੀਆਂ ਧੀਆਂ ਅਲੀ ਦੀਆਂ, ਇਹ ਬਣਦੇ ਨੇ ਟੋਟਲ 30 ਦਿਹਾੜੇ। ਕਿਤਨੇ 30 ਦਿਹਾੜੇ ਬਣਦੇ ਨੇ ਜ਼ਾਦਾਰ ਰੋਣ ਵਾਲੇ ਲੋਕਾਂ। ਬੈਖਤਲਾ ਫਿਰ ਰਿਵਾਇਤ 2 ਸਫ਼ਰ ਦੀ ਰਿਵਾਇਤ, ਮਕਤਲ ਦੀ 1 16 ਰਬੀਓ ਲਵਲ ਦੀ ਰਿਵਾਇਤ, 1 14 ਰਬੀਓ ਲਵਲ ਦੀ ਰਿਵਾਇਤ, ਕਿ ਇਤਨਾ ਸਫ਼ਰ ਹਾਈ ਇਹਨਾਂ ਰਸਤਿਆਂ ਤੋਂ ਗੁਜ਼ਰੀ, ਇਸ ਵਾਸਤੇ ਇਤਨੇ। ਚਲੋ ਸਾਡੇ ਕੋਲ ਪੜੀਂਦਾ ਹੈ ਵੇ, ਸਾਡੇ ਕੋਲ ਤਰਿਖ ਨਾਲ ਪੜੀਂਦਾ ਹੈ, ਅਤੇ ਉਹ ਬੰਦੇ ਆਉਂਦੇ ਨੇ ਬਈ ਇਹ 2 ਸਫ਼ਰ ਨੂੰ ਪਹੁੰਚੀਆਂ। ਸਾਡੇ ਹਿੰਦੁਸਤਾਨ ਵਿੱਚ ਰਿਵਾਇਤ ਰਾਏ ਦੇ 2 ਸਫ਼ਰ ਦੇ ਮੁਤਾਬਕ ਅਗਰ ਹੋਵੇ ਤਾਂ ਫਿਰ ਬਣਦੇ ਨੇ 20, 2, 22 ਅਤੇ 2, 24 ਦਿਹਾੜੇ ਰੋਣ ਵਾਲੇ ਲੋਕਾਂ ਵਾ। ਤੱਗੂ 3 ਦਿਨ ਦਾ ਨਿਰਵਾਰ, ਇਹ 5 ਦਿਹਾੜਿਆਂ ਦੇ ਵਿੱਚ ਰੋਣ ਵਾਲੇ ਲੋਕਾਂ 50 ਵਾਰੀ ਮਾਵਾਂ ਦੇ ਸਾਹਮਣੇ ਪੁੱਤਰਾਂ ਦੀਆਂ ਜ਼ੁਲਫਾਂ 'ਤੇ ਹੱਥ ਰੱਖਦੇ, ਇੱਕ ਦੇ 'ਚ 2 ਵਾਰੀ, ਇੱਕ ਵਾਰੀ ਦਮੀ, ਇੱਕ ਵਾਰੀ ਸ਼ਾਮੀ, ਮਾਵਾਂ ਤੜਪ ਤੜਪ ਕੇ ਆਦੀਆਂ ਗੁੱਠਿਆਂ ਨੂੰ ਪਏ ਮਾਰਦੇ ਹੋ। ਹਾਲੋਏ ਕੁਰਬਾਨ ਹੋ ਜਾਵਾਂ, ਹਾਲੋਏ ਮੈਂ ਕੁਰਬਾਨ ਹੋ ਜਾਵਾਂ। ਮੈਂ ਆਖਿਆ ਮਕਤਲ ਤੋਂ ਪੜ੍ਹੀ ਨਹੀਂ ਗਈ ਬਾਪੂਦਾ, ਮਕਤਲ 'ਤੇ ਇਤਨੀ ਬਿਰਾਵਾਂ ਮੌਜੂਦ ਹੈ ਜਿਹੜੀ ਮਿੰਬਰ ਤੋਂ ਆਵੇ ਅਤੇ ਇਮਾਮ ਵਰਗਾ 'ਚ ਕਬਰਾਂ ਬਣ ਜਾਵਣ। ਅੱਛਾ ਇਹ ਵਕਤ ਔਰਤਾਂ ਜ਼ਬਰ ਜੀ ਵੇਖ ਵੇਖ ਕੇ ਆਦੀਆਂ ਨੇ ਜੰਗ। ਪਹਿਲੇ ਯਹੂਦੀਆਂ ਔਰਤ ਝੋਲੀ ਪੱਥਰਾਂ ਦੀ ਸੱਟੀ, ਉਹਨੂੰ ਵੇਖ ਕੇ ਇੱਕ ਈਸਾਈ ਔਰਤ ਝੋਲੀ ਪੱਥਰਾਂ ਦੀ ਛੱਤ 'ਤੇ ਸੱਟ ਕੇ ਦੂਜੀਆਂ ਔਰਤਾਂ ਨੂੰ ਇਸ਼ਾਰੇ ਕੀਤੇ ਜਿਹੜੀਆਂ ਨੇ ਚੜ੍ਹਦੀਆਂ ਪਈਆਂ, ਨਾ ਵਿਆਹ। ਕਿਉਂ ਜੰਗ ਨਹੀਂ ਹੋਈ? ਅਗਲੀ ਗੱਲ ਆਉਂਦੀ ਹੈ ਤੁਹਾਨੂੰ ਗਣਜ ਆ ਬਾਈ ਜਾਨ, ਜੰਗ ਨਹੀਂ ਹੋਈ, ਜ਼ੁਲਮ ਹੋਇਆ। ਔਰਤਾਂ ਪਿੱਠ ਪਿੱਠ ਕੇ ਆਦੀਆਂ, ਤੂੰ ਆਨੀ ਹੈ, ਜ਼ੁਲਮ ਹੋਇਆ, ਉਹ ਆਦੇ ਨੇ ਜੰਗ ਹੋਈ। ਤੂੰ ਮਖਬੂਤੁਲ ਹਵਾਸ ਤੈਨੂੰ ਪਾਗਲ ਹੋ ਗਈ ਵਜਲੇ ਬੁਰੜੀਆਂ ਸਾਰੀਆਂ ਰਲ ਕੇ ਆਖਿਆ ਨਹੀਂ ਨਹੀਂ ਜੰਗ ਨਹੀਂ ਹੋਈ, ਜ਼ੁਲਮ ਹੋਇਆ। ਆਦੀਆਂ ਕਿਵੇਂ ਪਤਾ ਲੱਗਿਆ ਕਿ ਅਸੀਂ ਇੱਕ ਸਿਰ ਵੇਖਿਆ, ਨੇਜ਼ੇ ਦੀ ਚੁੰਝ ਵੱਡੀ ਹੈ।
ਤੇ ਝੋਲੇ ਦੀ ਜੀ ਆਖਾਂ ਮਿਲਦੇ ਦੀ ਚੁੰਝ ਵੱਡੀ ਏ ਸਿਰ ਬੜਾ ਛੋਟਾ ਹੈ ਅੱਛਾ ਚਾਰ ਵਾਰੀ ਕੁੱਠਾ ਨੇ ਅਸਗਰ ਮੈਂ ਨਹੀਂ ਪੜ੍ਹਨਾ ਤੁਸੀਂ ਮੈਨੂੰ ਜਵਾਬ ਦੇਣਾ ਤੇ ਅੱਗੇ ਤਾਂ ਮੈਂ ਪੜ੍ਹਨਾ ਜਿੱਥੇ ਵੀ ਅਸਗਰ ਦਾ ਪੀਘਾ ਹੋਵੇ ਉੱਥੇ ਬਕੀਆ ਦੀ ਸ਼ਜ਼ਾ ਦੀ ਅਸਗਰ ਦੀ ਮਾਂ ਨੂੰ ਆਦੀ ਆ ਚਲੀ ਜਿੰਦੇ ਜਿੰਦੇ ਵਾਸਤੇ ਨਈਮ ਬਿਰਾ ਖੁਰਮ ਜੀ ਮੈਂ ਰਿਜ਼ਵਾਨ ਜਿੰਦੇ ਜਿੰਦੇ ਵਾਸਤੇ ਤੁਸਾਂ ਬੇ ਔਲਾਦ ਵਾਸਤੇ ਦੁਆ ਮੰਗਾਈ ਆਈ ਜਿਤਨੇ ਖਾਲੀ ਝੋਲੀਆਂ ਲੈ ਹੈ ਹਰ ਵਾਸਤੇ ਜੁਮਲਾ ਕਿਸੇ ਇੱਕ ਵਕਤ ਨਹੀਂ ਸਾਰਿਆਂ ਕੜ ਉੱਥੇ ਖਾਲੀ ਇੱਥੇ ਖਾਲੀ ਝੋਲੀਆਂ ਲੈ ਬੀਬੀ ਅਸਗਰ ਦੀ ਮਾਂ ਦੀ ਕਬਰ 'ਤੇ ਆ ਕੇ ਆਦੀ ਉੱਠ ਮਾਂ ਅਸਗਰ ਦੀ ਬਿੰਤੇ ਅਮਰਾਲ ਕੈਸਾ ਚਲੀਏ ਬੀਬੀ ਆਦੀ ਕਿੱਥੇ ਵਜਾਈ ਦਾ ਨਾਂ ਲੈਂਦੀ ਬਤੂਲ ਉੱਥੇ 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 ਜਾਣਾ ਉੱਥੇ ਅਸਗਰ ਦਾ ਪੀਘਾ ਬੀਬੀ ਆਦੀ ਤੁਸੀਂ ਸਾਰੀਆਂ ਜੂ ਜਾਓ ਅਤੇ ਮੇਰਾ ਜਾਣਾ ਜ਼ਰੂਰੀ ਹੈ ਮੇਰਾ ਜਾਣਾ ਲਾਜ਼ਮੀ ਹੈ ਬੀਬੀ ਆਦੀ ਤੇਰਾ ਜਾਣਾ ਬਹੁ ਲਾਜ਼ਮੀ ਹੈ ਕਿਉਂ ਉੱਥੇ ਕੁਝ ਮੇਰੇ ਸ਼ਬੀਰ ਦੇ ਬੇ ਔਲਾਦ ਮਾਤਮੀ ਹੋ ਉਹ ਤੇਰੇ ਪੁੱਤਰ ਨੂੰ ਰੋਸਣ ਤੂੰ ਉਹਨਾਂ ਦੇ ਪੁੱਤਰ ਵੰਡਦੀ ਜਾਵੀਂ ਮੇਰੀ ਅੱਡ ਦੀ ਮਜਲਸ ਭੁੱਲ ਜਾਵੇਂ ਇਹ ਜੁਮਲਾ ਨਾ ਭੁੱਲੀ ਕਰੀ ਮੈਂ ਕਰਬਲਾ ਦੇ ਪਾਕ ਵਿਹੜੇ ਦਾ ਇਹ ਨਹੀਂ ਤੁਸਾਂ ਭੁੱਲਣਾ ਜਿਹੜਾ ਹੁਣ ਪਿਆਦਾ ਏਡੀਆਂ ਕਰੀਮ ਨੇ ਕਰਬਲਾ ਦੀਆਂ ਮਾਵਾਂ ਜਿਹੜੀਆਂ ਪੁੱਤਰਾਂ ਦੇ ਜਨਾਜ਼ਿਆਂ ਤੇ ਖਲੋ ਕੇ ਬੇ ਔਲਾਦਾਂ ਔਲਾਦ ਏਡੀਆਂ ਕਰੀਮ ਨੇ ਕਰਬਲਾ ਦੀਆਂ ਮਾਵਾਂ ਜੀ ਲੱਖ ਵਾਰੀ ਲੱਖ ਵਾਰੀ ਸਾਰਿਆਂ ਤੋਂ ਨਿੱਕਾ ਇਹ ਸੜਕ 'ਤੇ ਹਾਦਸੇ ਹੋ ਵੈਂਦੇ ਹੋ ਵੈਂਦੇ ਮੈਨੂੰ ਨਹੀਂ ਲੱਗਦਾ ਇਸ ਜੁਮਲੇ ਤੋਂ ਅੱਗਾਂ ਜਿਹੜਾ ਤੁਹਾਡਾ ਇਸ਼ਕ ਏ ਮੈਂ ਪੜ੍ਹ ਸਕਾਂ ਤੁਸੀਂ ਸੁਣ ਸਕੋ ਲਾਸ਼ਾਂ ਪਹਿਚਾਣ ਦੇ ਕਾਬਲ ਨਾ ਰਵਣ ਅਤੇ ਵਾਰਸ ਆ ਕੇ ਦੱਸਦੇ ਨੇ ਬਈਏ ਫਲਾਂ ਫਲਾਂ ਹੈ ਫਲਾਂ ਫਲਾਂ ਅਤੇ ਫਲਾਂ ਫਲਾਂ ਫਿਰ ਨਾਸਰ ਸ਼ਾਹ ਜੀ ਮਾਂਗੋ ਵਾਲ ਵਾਲਿਆਂ ਦੇ ਦਰਜਾਤ ਬੁਲੰਦ ਹੋਵਣ ਉਹ ਵਾਧਿਆਨ ਕਿਦੋਂ ਮਸਤੂਰਾਂ ਲੁਕ ਵਹਿਣ ਬੁਲੰਦ ਹੋਵਿਨ ਅਤੇ ਭੁੱਲ ਕੇ ਵੀ ਉਦੋਂ ਨਾ ਵੇਖਿਆ ਕਰੋ ਹੋ ਸਕਦਾ ਹੈ ਉਹਨਾਂ ਵਹਿਣਾ 'ਚੋਂ ਇੱਕ ਵਹਿਣ ਅਲੀ ਦੀ ਧੀ ਦਾ ਹੋ ਆਉਂਦੀ ਤਾਂ ਹੈ ਨਾ ਬਿਰਾ ਦੀ ਕੁੜੀ ਸੁਹਾਣ ਹਾਂ ਕੁਰਬਾਨ ਹੋ ਜਾਵਾਂ ਮੈਂ ਨੌਕਰੀ ਕਰਾਂ ਮੈਂ ਫਿਦਰਸ ਕਰਾਂ ਜੀ ਮੈਂ ਨੌਕਰੀ ਕਰ ਦੇਣਾ ਲਾਸ਼ਾਂ ਪਹਿਚਾਣ ਦੇ ਕਾਬਲ ਰਵਣ ਅਤੇ ਵਿਹੜੇ ਵਾਲੇ ਆ ਦਸਤੇ ਨੂੰ ਫਲਾਣਾ ਹੀ ਨੇ ਉਹ ਫਲਾਣਾ ਹੀ ਨੇ ਉਹ ਫਲਾਣਾ ਹੀ ਨੇ ਆਇਆ ਖਲੋਤਾ ਇਜਾਜ਼ ਇਮਾਮਤ ਨਾਲ ਤੇਰਾ ਨੂੰ ਸਜਾਦ ਕਰਬਲਾ ਲੱਗਦਿਆਂ ਨੂੰ ਪਤਾ ਲੱਗ ਜਾਂਦੀਆਂ ਨੇ ਖਬਰਾਂ ਨਿਊਜ਼ 'ਤੇ ਚੱਲਦੀਆਂ ਨਾ ਬਸ ਇਕੱਠੇ ਕਿਸੇ ਘਰ ਦੇ ਚਾਰ ਪੰਜ ਮਰ ਅੱਲਾ ਨਾ ਕਰੇ ਮਰ ਜਾਵਣ ਮਰ ਗਏ ਹੋਵਣ ਅਤੇ ਫਿਰ ਆ ਕੇ ਲੱਗਦੇ ਪਹਿਚਾਣ ਲੈਂਦੇ ਨੇ ਹੱਥਾਂ ਪੈਰਾਂ ਤੋਂ ਸਜਾਦ ਤੇਰਾ ਨਾ ਆਇਆ ਖਲੋਤਾ ਅਤੇ ਪਹਿਲੀ ਪਹਿਲੀ ਗੱਲ ਕੀਤੀ ਸੀ ਜਿੰਦੀਆਂ ਬਾਈ ਕੋਈ ਨਹੀਂ ਹੱਸਦੀਆਂ ਕਿਆ ਕੌਣ ਯਾਦ ਹੈ ਮੇਰਾ ਮਾਣ ਚਾਚਾ ਲਵਾਰ ਬੜੇ ਪਿਆਰੇ ਲੱਗਦੇ ਹੋ ਜਿੰਨੇ ਨੇ ਕਲੀਆਂ ਬਾਈ ਕਰਕੇ ਤੁਸੀਂ ਰੋਂਦੇ ਇਹ ਸਾਡਾ ਮਾਣ ਚਾਚਾ ਬਸ ਤੁਸੀਂ ਵੀ ਲੱਗਦੇ ਹੋ ਨਾ ਸ਼ਬੀਰ ਮੈਂ ਹੁਣੇ ਦੋਹਰੀ ਵੈਤਾਂ ਤਰੇ ਪੜੀਆਂ ਨਹੀਂ ਵੀ ਤੁਸੀਂ ਕਿੱਡੇ ਲੱਗਦੇ ਹੋ ਤੁਹਾਨੂੰ ਕਿੱਡੀਆਂ ਦੁਆਈ ਦਿੰਦੀ ਤੁਹਾਡੇ ਮਈਅਤ 'ਤੇ ਤਾਂ ਰੋਂਦੀ ਹੈ ਬਤੂਲ ਉਂਝ ਜਿਵੇਂ ਤੁਹਾਡੀਆਂ ਮਾਵਾਂ ਰੋਂਦੀਆਂ ਉਂਝ ਬਤੂਲ ਰੋਂਦੀ ਕਿੱਡੇ ਪਿਆਰੇ ਲੱਗਦੇ ਹੋ ਸਹਿਣ ਨੂੰ
ਆਓ ਫਿਰ ਅਗਲਾ ਜੁਮਲਾ ਤੇਰੇ ਹਦੀਆ ਕਰਾਂ ਰੋਣ ਵਾਲੇ ਲੋਕਾਂ ਸਜਾਦਾ ਦੈ ਉਹ ਜਿੰਦਾ ਹੱਥ ਅਜੇ ਤਾਈਂ ਜਿਗਰ ਤੇ ਉਹ ਸਾਡਾ ਹਾਂ 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 ਬੋਲੋ ਅਲੀ ਅਕਬਰ ਅਗਲੀ ਗੱਲ ਸਾਰਾ ਮਜਮਾ ਜਵਾਨ ਸਮਝਦਾ ਸਨ ਉਹ ਜਿੰਨਾ ਟੁਕੜਿਆਂ ਚੋਂ ਮਹਿੰਦੀ ਦੀ ਖੁਸ਼ਬੂ ਲੱਗਿਆ ਨਾ ਪਤਾ ਲੱਗਿਆ ਨੇ ਨਾ ਪਤਾ ਜਿੰਨਾ ਟੁਕੜਿਆਂ ਕੀ ਨੌਕਰੀ ਮੇਰੀ ਇਬਾਦਤ ਵੀ ਰਹਿ ਉਹ ਸਾਡਾ ਅਮੀਰ ਕਾਸਮ ਹੈ ਵੱਧ ਪਿਆ ਦਿਨ ਕੱਲ ਪੜਿਆ ਈ ਮੈਂ ਉਹ ਜਿਹੜੀਆਂ ਅਕਬਰ ਦੀ ਜਾਗੀਰ ਦੇ ਬਾਹਰ ਲਾਸ਼ਾਂ ਰੋਲ ਰਹੀਆਂ ਉਹ ਸਾਡੇ ਕੌਣ ਤੇ ਮੁਹੰਮਦ ਨੇ ਵੱਧ ਰੋ ਰੋ ਕੇ ਪਿਆਦੇ ਨੇ ਉਹ ਜਿਹੜੀ ਲਾਸ਼ ਮਕਤਲੇ ਬੇਤਰਤੀਬ ਖਿਲਰ ਗਈ ਹੈ ਇਹ ਮੇਰਾ ਕੁੱਠਾ ਹੋਇਆ ਬਾਬਾ ਮੈਨੂੰ ਨਹੀਂ ਲੱਗਦਾ ਤੁਹਾਡੇ ਚੱਕ ਦੀ ਇਸ ਬਾਰਗਾਹ ਦੀ ਜਿਤਨੀ ਰੂਹਾਨੀਅਤ ਹੈ ਔਰ ਤੁਹਾਡੇ ਇਲਾਕੇ ਨੂੰ ਜਿਤਨਾ ਮਸਹਿਬ ਆਲੇ ਮੁਹੰਮਦ ਨਾਲ ਇਸ਼ਕ ਹੈ ਮੈਨੂੰ ਅਗਲੇ ਜੁਮਲੇ ਤੋਂ ਬਾਅਦ ਪੜ੍ਹਨਾ ਪਵੇ ਲੱਗਦਾ ਨਹੀਂ ਮੈਨੂੰ ਪੜ੍ਹਨਾ ਪਵੇ ਉੱਥੋਂ ਨਾ 18 ਬਨੂ ਅਸਦ ਦੇ ਬੁੱਢੜੇ ਇਹ ਚਿੱਟੀਆਂ ਫੁੱਲ ਸਫੈਦ ਦਾੜੀਆਂ ਚਿੱਟੀਆਂ ਚਿੱਟੀਆਂ ਦਾੜੀਆਂ ਤੇ ਮਾਤਮ ਕਰਦੇ ਸਜਾਦ ਕੋਲ ਆ ਕੇ ਆਦੇ ਹੰਝੂ ਰੋਕ ਹੰਝੂ ਰੋਕ ਨਿੱਕੀ ਔਲਾਦ ਲਾ ਤੜਪੇ ਬਾਈ ਹੰਝੂ ਰੋਕ ਤੇ ਇੱਕ ਗੱਲ ਪੁੱਛਣੀ ਹੈ ਤੇਰੇ ਪਿਓ ਸ਼ਬੀਰ ਦੇ ਹਾਂ ਤੇ ਗੋਸ਼ ਦਾ ਇੱਕ ਟੁਕੜਾ ਲਾਗੋ ਮੇਰਾ ਮਾਸੂਮ ਬਚੜਾ ਹਾਲ ਹੋਇਆ
ਹਾਲੋਏ ਹਾਲੋਏ ਗੁਰਬਾਨ ਹੋ ਜਾਵਾਂ। ਆਓ ਵਹਿਣ ਕਰੀਏ ਯਾਰ, ਮੈਂ 40 ਮਿੰਟ ਮੈਂ ਸਾਹਿਤ ਪੜ੍ਹ ਲਿਆ, ਤੁਹਾਡਾ ਇਸ਼ਕ ਨਾ ਥੱਕਿਆ, ਹੁਣ ਵਹਿਣ ਹੀ ਕਰਨਾ ਚਾਹੀਦਾ। ਪੁੱਛਿਆ ਖੈਮੇ 'ਚ ਪਿਸਰੇ ਸਾਧ ਡੀ ਗਰੇਲੇ, 2 ਵਜੇ ਦੇ ਵਕਤ ਦੇ ਕਰੀਬ ਇਸ ਪੁੱਛਿਆ, 2 ਤੋਂ ਬਾਅਦ ਕਤਲੇ ਆਬਾਜ਼ ਤੋਂ ਫੌਰਨ ਬਾਅਦ, ਬਈ ਇਹ ਮੇਰੀ ਫੌਜ ਕਿਉਂ ਰੋਈ? ਸਿਪਾਹੀ ਉਹਨੂੰ ਵਾਹ ਕਿਆ, ਕਿਆ ਬੇਗੈਰਤ, ਭਾਵੇਂ ਸਨ ਮਾਰਚਾ, 60,000 ਤੀਰ ਕਮਾਨ ਵਾਲਾ ਮੂੰਹ ਫੇਰ ਕੇ ਪਿਆ ਰੋਂਦੇ। ਉਹਨੇ ਕਿਹਾ ਕਿਉਂ? ਜਿਹੜੇ ਅਕਬਰ ਨੂੰ ਮਰਦਿਆਂ ਹਯਾ ਨਨ ਪੇ ਕਰਦੇ ਗਣ ਸਾਹਿਬ, ਉਹਨਾਂ ਨੂੰ ਹੁਣ ਕਿਹੜਾ ਤਰਸ ਆ ਗਿਆ? ਉਸ ਆਖਿਆ ਇੱਕ ਮਾਸੂਮ ਆ ਕੇ ਮੰਗੀਏ ਪਾਣੀ। ਉਸ ਆਖਿਆ ਤੁਸੀਂ ਦੇਹ 'ਚ ਮਾਸੂਮ ਥੋੜ੍ਹੇ ਮਾਰੇ, ਉਹਨੋਂ ਮੁਹੰਮਦ ਕੋ ਵੱਡੇ ਆ, ਹੈਂ ਮੁਸਲਿਮ ਦੀ ਜੋੜੀ ਨੇ ਇੱਥੇ ਲਾਈ ਮਾਮਿਆਂ ਦੇ ਨਾਲ, ਹੈਂ ਤੇ ਮੈਂ ਰੋਚਾ। ਉਸ ਆਖਿਆ ਬੇਗੈਰਤ, ਸਾਡੇ ਘਰ ਵੀ ਔਲਾਦ ਏ, ਜਿਹੜਾ ਹੁਣ ਆਇਆ ਨਾ, ਜਿਹੜਾ ਹੁਣ ਆਇਆ ਹੈ, ਉਹਦਾ ਗੱਲ ਸਾਡੀ ਕਲਾਈ ਨਾਲੋਂ ਛੋਟਾ ਹੈ। ਹਾਂ ਕਿਵੇਂ ਆਖਾਂ, 6 ਮਹੀਨਿਆਂ ਦੇ ਬੱਚੇ ਦੀ ਘਰ ਵਾਲ ਇੱਕ ਗਰਦਨ ਨਾਪੀ ਤਾਂ ਸਹੀ ਯਾਰ, ਉਹਦਾ ਗੱਲ ਸਾਡੀ ਕਲਾਈ ਨਾਲੋਂ ਛੋਟਾ ਹੈ। ਇਹ ਸੁੱਤੇ ਹੋਏ ਹੁਰਮਲ ਨੂੰ ਪੈਰ ਦੀ ਠੋਕਰ ਮਾਰੀ, ਉੱਠ ਕੇ ਗੈਰਤ, ਮੈਂ ਜਿੱਤੀ ਉਹ ਜੰਗ ਪਿਆ ਹਰਦਾ, ਆਦੇ ਕੀ ਕਰਾਂ, ਆਦੇ ਨਾਲਾ 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 ਲੈ ਕਰਨਾ ਕੀ। ਆਦੇ ਆ ਨਾਲ ਆਦੇ ਕਰਨਾ ਕੀ ਹੈ ਮੈਨੂੰ ਦੱਸ। ਆਦਾ ਮੈਂ ਦੱਸਦਾ ਤੈਨੂੰ, ਸ਼ਬੀਰ ਦਾ ਕਲਾਮ ਕਥਾ ਕਰ। ਆਦੇ ਮੇਰੇ ਤੇ ਤੀਰ ਮੁੱਕ ਗਏ, ਆਦੇ ਤੂੰ ਮੇਰੇ ਨਾਲ ਆ, ਮੇਰੇ ਕੋਲ ਇੱਕ ਤੀਰ ਹੈ, ਉਸ ਤੀਰ ਦੀ ਤਸ਼ਰੀਹ ਮੈਂ ਕੱਲ੍ਹ ਪੜ੍ਹੀ ਆਈ, ਪਰ ਯਾਦ ਉਸੀ ਹੈ ਜੀ ਹੈ। ਅਦੇ ਆ ਮੇਰੇ ਸੰਦੂਕ ਖੋਲੇ, ਸੰਦੂਕ ਜੋ ਤੀਰ ਚ ਆਇਆ ਇੱਕ ਹੱਥ ਨਾਲ ਨਾ, ਦੋਵਾਂ ਹੱਥਾਂ ਨਾਲ ਤੀਰ ਚਾ ਕੇ ਇਸ ਹੁਰਮਲ ਦੇ ਹੱਥ 'ਤੇ ਰੱਖਿਆ, ਦੋਵਾਂ ਹੱਥਾਂ ਨਾਲ ਤੀਰ ਚਾਇਆ। ਇਹ ਗੱਲ ਮੇਰੀ ਨਹੁੰ, ਇਹ ਤਾਰਕ ਜਮੀਲ ਦੀ ਹੈ, ਸੁੰਨੀ ਆਲਮ ਦੀਨ ਦੀ। ਤਾਰਕ ਜਮੀਲ ਪਿਆਦਾ ਇਨ ਕੇ ਰੋਨੇ ਪੇ ਪਾਬੰਦੀ ਨਾ ਲਗਾਇਆ ਕਰੋ, ਇਤਨਾ ਵਜ਼ਨੀ ਤੀਰ ਥਾ ਮਾਰਨੇ ਕੀ ਜ਼ਰੂਰਤ ਨਹੀਂ, ਤੀਰ ਆ ਕੇ ਬੱਚੇ ਕੇ ਸੀਨੇ ਪੇ ਰੱਖ ਦੇਤਾ ਜੀ। ਲੱਖ ਲੱਖ ਵਾਰੀ ਲੱਖ ਲੱਖ ਵਾਰੀ ਜੀ ਮੈਂ ਕੁਰਬਾਨ ਹੋ ਜਾਵਾਂ ਬਾਬਾ ਜੀ, ਤੁਹਾਡੇ ਵਹਿਣਾ ਤੂੰ ਸਦਕੇ, ਤੁਹਾਡੇ ਇਸ਼ਕ ਤੂੰ ਸਦਕੇ, ਕਰੋੜ ਵਾਰੀ ਪੜਾ ਗਿਰੀਏ, ਤੁਹਾਡੀ ਆਵਾਜ਼ ਮੇਰੇ ਤੇ ਨਹੀਂ ਪਹੁੰਚੀ, ਲੇਕਿਨ ਇਹ ਮੈਨੂੰ ਪਤਾ ਲੱਗ ਗਿਆ ਵੀ ਕੀਤਾ ਅਸਗਰ ਦਾ ਵਹਿਣ ਹੀ ਇਹ ਆ। ਇਹ ਮੈਂ ਚਾਹੁੰਦਾ ਹਰ ਕੋਈ ਕਰੇ, ਚਿੱਟੀਆਂ ਦਾੜੀਆਂ ਲਾ, ਨਿੱਕੀਆਂ ਔਲਾਦਾਂ ਲਾ, ਜਿਹਨਾਂ ਦੇ ਘਰ ਪੋਤਰੇ ਦੋਤਰੇ ਮੌਜੂਦ ਨੇ, ਬੱਚੇ ਮੌਜੂਦ ਨੇ ਨਿੱਕੇ, ਉਹ ਜ਼ਰੂਰ ਮਾਸੂਮ ਦਾ ਮੇਰਾ ਬੱਚਾ ਅੱਜ ਦੀ ਮੁਕਾਨ ਤੁਹਾਡੇ ਹਿੱਸੇ ਦੀ ਛੁੱਟ ਵਿੱਚ, ਤੁਸੀਂ ਬਿਲਕੁਲ ਨਹੀਂ ਸ਼ਰਮਾਉਣਾ, ਤੁਸੀਂ ਰੋਣ ਦਾ ਵੱਲ ਸਿੱਖਣਾ। ਤੀਰ ਰੱਖ ਦਿੱਤਾ, ਹੈਂ ਤੀਰ ਰੱਖ ਦਿੱਤਾ,
ਇਹ ਤੁਸੀਂ ਸੁਣਿਆ ਹੈ ਨਸੀਮ ਅਬਾਸ ਰਿਜ਼ਵੀ ਸਾਹਿਬ ਕਿਬਲਾ ਪੜ੍ਹਦੇ ਹਨ, ਜੇ ਸ਼ਬੀਰ ਫਤਿਆ ਨਾ ਹੋਵੇ ਆ ਤੇਰੀ ਦੇ ਤੀਰ ਜਾਵੇ ਆ। ਪੜਾਓ ਪੜਾਓ ਨਾਲ ਪੂਰਾ ਮਜਮਾ ਬਾਹਰ ਤੱਕ ਬੈਠੇ ਧੁੱਪ ਤੇ ਰਜ਼ਾਦਾਰ, ਜਿਹਦੇ ਤੀਰ ਜਾਵੇ ਆ ਉਦਾ ਹੀ ਸਗੀਰ ਅਧਿਓ ਤੇ ਮੈਂ ਛੱਡ ਦੇਣਾ, ਅਧਿਓ ਤੇ ਮੈਂ ਤੋਂ ਵਹਿਣ ਚੱਕਰਦਾ। ਇਸ ਗੋਡੀ ਲਾਈ ਇਹਦਾ ਹੱਥ ਕੰਬੇ ਆ ਤੀਰ ਡੱਠ ਹੈ, ਇਰਫਾਨ ਵਹਿਣ ਸ਼ੁਰੂ ਕਰੂ ਆ। ਤੀਰ ਡੱਠ ਹੈ, ਤੀਰ ਡੱਠ ਹੈ, ਤੀਰ ਡੱਠ ਹੈ, ਦੂਜੀ ਵਾਰੀ ਵੱਤ ਡੱਠ ਹੈ, ਤੀਜੀ ਵਾਰੀ ਮੁੱਢ ਡੱਠ ਹੈ। ਜਦੋਂ ਤੀਜੀ ਵਾਰੀ ਇਹਦਾ ਤੀਰ ਡੱਠ ਹੈ ਨਾ, ਤੀਰ ਡੱਠ ਹੈ ਨਾ, ਹੈਂ ਤੀਰ ਡੱਠ, ਉਸ ਟਾਈਮ ਇਹਦੇ ਇਧਲੇ ਮੋਢੇ ਨਾਲ ਸ਼ਿਮਰ, ਇਧਲੇ ਨਾਲ ਖੋਲੀ ਬਹਿ ਕੇ ਆ ਦੇਣ ਹਵੇ ਗੈਰਤ। ਤੋ ਐਡਾ ਵੱਡਾ ਤੀਰ ਮਾਰ ਅੰਦਾਜ਼ ਹੈ, ਕਿਸੇ ਨੂੰ ਮਰਦਿਆਂ ਹਯਾ ਨੂੰ ਆਇਆ, ਬੱਚਾ ਹੈ ਸਾਹਮਣੇ ਤੇਰੇ। ਇਹ ਕੱਲ ਨੌ ਮੁਹਰਮ ਫੁਰਾਤ ਦੇ ਪਾਣੀ 'ਚ ਮੱਛਲੀ ਸਿਰ ਬਾਹਰ ਕੱਢਿਆ, ਤੂੰ ਉਹਦੀ ਅੱਖ ਦਾ ਨਿਸ਼ਾਨਾ ਬਣਾਇਆ, ਚੁੱਕਿਆ ਤਾਂ ਕੋਈ ਨਾ, ਇਹ ਹੁਸੈਨ ਦੇ ਹੱਥਾਂ ਦੇ ਅਸਗਰ ਵੇਖ ਕੇ ਬਾਰ ਬਾਰ ਤੇਰਾ ਤੀਰ ਕਿਉਂ ਭੇਡਾਂ ਦਾ। ਕੋਈ ਸੁਣਨੀ ਬਿਰਾ ਹੋਵੇ ਤੇ ਇਹ ਗੱਲ ਹੁੰਦੇ ਕਣ ਕਰੂੰਗਾ, ਵੀਰਨ ਸੁਣ ਕੇ ਲੱਗਾ ਜਾਵੇਂ ਯਾਰ ਤੈਨ ਸੋਚਣ ਤੇ ਮਜਬੂਰ ਕਰ ਸੀ, ਅਸੀਂ ਅੱਜ ਕਿਉਂ ਰੋਂਦੇ ਤੇ ਮਾਤਮ ਕਰਦੇ ਹਾਂ। ਉਸ ਆਖਿਆ ਜਿਹੜੇ ਵੇਲੇ ਮੈਂ ਤੀਰ ਨੂੰ ਹਾਂ ਹਾਂ ਛੇਕ ਦੇਣਾ ਨਾ, ਛੇਕ ਦੇਣਾ, ਛੇਕ ਦੇਣਾ ਅਸਗਰ ਦੇ ਗੱਲ ਤੇ ਰਸੂਲ ਬਗਾਨਾ, ਇਹਦਾ ਹੱਥ ਬਣਿਆ ਮਾਤਮ ਕਰਨੇ ਅਸਗਰ ਦੇ ਗੱਲ ਤੇ ਬਤੂ। ਪੜਾਵੇਂ ਇਜਾਜ਼ਤ ਦਿੰਦੇ ਹੋ ਹਰਾਮਜ਼ਾਦੇ ਹੱਸ ਕੇ ਦੇ ਮੋਢੇ ਤੇ ਹੱਥ ਰੱਖ ਕੇ ਆਦਾ ਅਸੀਂ ਇੱਕ ਕੰਮ ਕਰਦੇ ਹਾਂ, ਨਿਸ਼ਾਨਾ ਬਣਾ ਲੈ, ਪਤਾ ਤੇਰਾ ਤੋੜ ਜਾ ਲੱਗ ਸੀ ਇਸ ਨਿਸ਼ਾਨਾ ਘੋਟ ਕੇ ਜਿਲੇ ਬਣਾਇਆ ਨਾ, ਬਸ ਮੈਂ ਜੰਗੀ ਚ ਮੁਕਾਵਾਂ ਆ ਸ਼ਿਮਰ ਤੇ ਖੋਲੀ ਇਹਦੀਆਂ ਅੱਖੀ ਅੱਗੇ ਬਾਹੀ ਚ ਰੱਖੀਆਂ ਤੇ ਹੱਸ ਹੱਸ ਕੇ ਆਦੇ ਨੇ ਤੂੰ ਤੀਰ ਚਲਾ ਭਾਵੇਂ ਕਤਲ ਹੋਵੇ ਰਾਜਪਾਲ ਹੁਸੈਨ ਦਿਮਾਏ ਭਾਵੇਂ ਲੱਗੇ ਤੀਰ ਮੁਹੰਮਦ ਹੋਵੇ ਜ਼ਖਮੀ ਕਿਹੜੀ ਮੁਸਲਮਾਨੀ ਰਹਿ ਕਿਹੜੀਆਂ ਮੁਸਲਮਾਨੀਆਂ ਰਹਿ ਗਈਆਂ। ਹਾਲ ਹੋਏ ਹਾਲ ਹੋਏ ਕਤਲ ਹੋਵੇ ਰਾਜਪਾਲ ਹੁਸੈਨ ਹੁਸੈਨ ਦੀ ਮਾਂ। ਮੈਂ ਅਦਬ ਨਾਲ ਪੜ੍ਹਦਾ ਹੁੰਦਾ ਨਾ, ਮੈਂ ਉਹ ਗਲਤ ਨਹੀਂ ਕਰਨੀ ਨਾ ਜਿਹੜੀ ਕਾਤਲ ਕੀਤੀ ਆਈ, ਜਿਹੜੀ ਕਾਤਲ ਕੀਤੀ ਆਈ ਜਿਹੜਾ ਹੁਰਮਲ ਕਮੀਨਾ ਹਾ ਬਾਬਾ ਜੀ ਜਿਹੜਾ ਹੁਰਮਲ ਕਮੀਨਾ ਹਾ ਇਹ ਹਰਾਮ ਜ਼ਾਦਾ ਹੈ ਮੈਂ ਬੇਦਾ ਪਿਆ ਇਹ ਇੱਕ ਗੱਲ ਨਹੀਂ ਪਏ ਪੰਜ ਕੁਸਲੇ ਅਸਗਰ ਦੇ ਰਲੇ ਰਲ ਕੇ ਇੱਕ ਨਾਨਾ ਹਿਸ
ਮੈਂ ਪਿੱਛੇ ਥੋੜ੍ਹਾ ਜਿਹਾ ਜਾ ਸੁਣ ਇਹ ਕਿ ਮੈਂ ਅਜ਼ਾਦਾਰ ਦੀ ਹੰਜ ਨਾ ਰੁਕ ਜਾ ਵੀਡੀਓ ਸ਼ਾਇਦ ਉਤਨੀ ਜ਼ਰੂਰੀ ਨਹੀਂ ਅਜ਼ਾਦਾਰ ਦੀ ਹੰਜ ਨਾ ਰੁਕ ਜਾਵੇ ਅਜ਼ਾਦਾਰ ਦੀ ਹੰਜ ਨਾ ਰੁਕ ਜਾਵੇ ਇਤਨਾ ਅੰਸੂ ਜ਼ਰੂਰੀ ਹੈ ਹੁਣ ਐਸਾ ਕਿਹਾ ਮੈਂ ਜੰਗ ਮੁਕਾਵਾਂ ਇਸ ਆਪਣਾ ਅੰਦਰ ਵਾਲਾ ਇਰਾਦਾ ਬਣਾ ਕੇ ਤੀਰ ਇੱਥੇ ਛਿਕਿਆ ਹੈ ਬਾਜ ਪਈ ਹੈ ਕਾਲੀਆਂ ਕਨਾਤਾਂ ਮਾਜ਼ੂਮ ਦੀ ਮਾਰ ਉੱਥੇ ਆਈਏ ਜਿੱਥੇ ਬੇਕਾ ਸੰਦੋਗ ਪਿਆ ਮੈਂ ਆਦਰਾਂ ਨਾ ਜਦੋਂ ਦੀ ਸ਼ਹੀਦਾਂ ਦੀ ਹਵੇਲੀ ਹੈ ਜਾਈ ਆਈ ਅੱਜ ਪਹਿਲੀ ਵਾਰੀ ਪੇਕੇ ਸਮਾਨ ਦੀ ਲੋੜ ਪਈ ਆ ਗਾਜ਼ੀ ਦੇ ਜੀ ਦੀਆਂ ਕਿਹੜੀਆਂ ਲੋੜਾਂ ਅਬਾਸ ਦੇ ਜੀ ਦੀਆਂ ਮਾਸੂਮ ਜ਼ਖਮੀ ਕਰਨਾਲੀ ਬੀਬੀ ਛੱਡ ਦੇ ਸ਼ਾਮ ਜਿਹਦੇ ਵਾਸਤੇ ਪਾਣੀ ਮੰਗਦੀਆਂ ਏ ਉਹਨੂੰ ਫਿਰ ਰੋਂਦੇ ਨੀ ਬੀਬੀ ਸਾਡਾ ਫੁਰਸਾ ਝੱਲਣ ਅਮੜੀ ਦੇ ਨਾਲ ਆ ਜਾ ਬੀਬੀ ਅਸੀਂ ਰੱਜ ਕੇ ਤੇਰੇ ਭਰਾ ਦਾ ਮਾਤਮ ਕਰਨਾ ਰੋਣਾ ਏ ਔਰ ਰੋਣ ਵਾਲੇ ਲੋਕਾਂ ਵੱਧ ਪੜਦੇ ਨਾ ਭਰ ਪਈ ਅਸਗਰ ਦੀ ਮਾਂ ਪੇਕੇ ਜਹੇਜ਼ ਦੀ ਪਹਿਲੀ ਵਾਰੀ ਲੋੜ ਪਈ ਜੋ ਗਾਜ਼ੀ ਮਾਰਿਆ ਗਿਆ ਨਹੀਂ ਬਾਈ ਉੱਚੀਆਂ ਬਾਈ ਕਰਕੇ ਤੁਸੀਂ ਰੋਣਾ ਜਿਵੇਂ ਰੋਂਦੇ ਹੋ ਮੈਂ ਤਾਂ ਪੜੇ ਮੈਂ ਬੀਬੀ ਤੀਰ ਕਮਾਨ ਚਾ ਕੇ ਆਖਰੀ ਕਨਾਤ ਦੇ ਕੋਲ ਗੋਡੀ ਲਾਈਏ ਔਰ ਰੋਣ ਵਾਲੇ ਲੋਕਾਂ ਬੀਬੀ ਤੀਰ ਕਮਾਨ ਨੂੰ ਛਿੱਕ ਦਿੱਤੀ ਏ ਸਹਿਣ ਦਾ ਛਿੱਕ ਦੇਵਣਾ ਫਿਜ਼ਾ ਦੀਏ ਮੈਂ ਡਿੱਡੇ ਉਹ ਵੱਜਦੀਆਂ ਦੀ ਆਏ ਜਿਹਨੂੰ ਟੁਰਨ ਦਾ ਵਾਲ ਨਾ ਆਉਂਦਾ ਤੀਰ ਦੀ ਨੋਕ ਤੇ ਹੱਥ ਰੱਖ ਕੇ ਆਦੀਏ ਭਰ ਜਾਈ ਕਹਿੰਦੀ ਧੀ ਤੇਰੀ ਚਿੱਟੀ ਦਾੜੀ ਦੇ ਮਾਤਮ ਤੂੰ ਸਦਕੇ ਤੇਰੇ ਉੱਠ ਕੇ ਮਾਤਮ ਚਿੱਟੀ ਦਾੜੀ ਵਾਲੇ ਤੂੰ ਸਦਕੇ ਜਵਾਨ ਸ਼ਾਮਲ ਹੋ ਜਾਓ ਇੱਕ ਲਾਜ਼ਾ ਬਾਬਾ ਜੀ ਬਵੋ ਸ਼ਾਲਾ ਅਸਗਰ ਦਾ ਕਤਲ ਮੈਂ ਪੜ੍ਹ ਲਈ ਸ਼ਾਲਾ ਅਸਗਰ ਦਾ ਕਤਲ ਮੈਂ ਪੜ੍ਹ ਲਈ ਇੱਕ ਲਾਜ਼ਾ ਬਾਬਾ ਸੋ ਸ਼ਾਲਾ ਅਸਗਰ ਦਾ ਕਤਲ ਮੈਂ ਪੜ੍ਹ ਲਈ ਅੱਛਾ ਜਿੰਦਾ ਜਿਵੇਂ ਇਸ਼ਕੇ ਓਵੇਂ ਪਿਆ ਰੋਵੇ ਇਹ ਵੀ ਸਮਝੋ ਜਿਵੇਂ ਸੱਚੀ ਹੋਈ ਕਰਬਲਾ ਇੱਥੇ ਅਸੀਂ ਸਾਰੇ ਹੁਸੈਨ ਦੇ ਹਰਮੇ ਚਾ ਉੱਥੇ ਮਹਿਸੂਸ ਕਰੋ ਸਵਾਰਾਂ ਆਪਣੇ ਆਪ ਨੂੰ ਮਾਤਮੀ ਫਿਕਰਾ ਆਖੇ ਬੀਬੀ ਅਦੀ ਚਲਾਣ ਤੋਂ ਪਹਿਲੇ ਦੱਸ ਕਹਿੰਦੀ ਧੀਏ ਆਦੀ ਅਮਰਾਲ ਕਹਿਦੀ ਮੈਂ ਕਹਿੰਦੀ ਧੀਆਂ ਆਦੀ ਹੈਦਰ ਕਰਾਰ ਦੀ ਜ਼ਬਾਨ ਨਬੀ ਭਗਤ ਜੋ ਅਮਰ ਹੋਮ ਪੜਦੇ ਆ ਆਲੀਆ ਦੀ ਮਸਤੂਰ ਲੜੇ ਹੋ ਮੈਦਾਨ ਦੇ ਵਿੱਚ ਜੇ ਹੁੰਦਾ ਹੁਕਮ ਖੁਦਾ ਦਾ ਮੈਂ ਖਾਸ ਕਫੀਲਾ ਆਇਓ ਗਾਲੀ ਦੀ ਰੰਗ ਬਦਲ ਦਿੰਦੀ ਇਰਫਾਨ ਅਸਗਰ ਦਾ ਸਦਕਾ ਬੱਚਿਆਂ ਦੇ ਸੁੱਖ ਵੇਖੇ ਵੀ ਲੱਖ ਲੱਖ ਵਾਰੀ ਆਖਾਂ ਮੈਂ ਖਾਸ ਕੱਪੜਾ ਸ਼ਿਕਾਣਾ ਉਹ ਮੈਂ ਖਾਸ ਕਫੀਲਾ ਗਾਜ਼ੀ ਦੀ ਰੰਗ ਬਦਲ ਦਿੰਦੀ ਸਹਿਰਾ ਦਾ ਆਲੀਆ ਨੂੰ ਆਦੀ ਤੁਸੀਂ ਕੀ ਕਰਦੇ ਆਲੀਆ ਦੀ ਇਸ ਨੌ ਲੱਖ ਫੌਜ ਦੇ ਹਾਇਓ ਕਾਫੀ ਹਾਇ ਇੱਕ ਹਮਲਾ ਨਹੀਂ ਲੱਗਦਾ ਅਗਲੇ ਵਹਿਣ ਤੋਂ ਅੱਗਾਂ ਤੁਹਾਡਾ ਮਜਮਾ ਸੁਣੇ ਘੜੀ ਮੈਨੂੰ ਹੋਰ ਇਜਾਜ਼ਤ ਵੀ ਨਹੀਂ ਪੀ ਦਿੰਦੀ ਮਾਸੂਮ ਦੇ ਬਹੁ ਦੁੱਖ ਰਹਿ ਗਏ ਸਾਰੇ ਅਗਲੇ ਜ਼ਾਕਿਰ ਸਾਹਿਬ ਚ ਪੜ੍ਹ ਸਣ ਮੈਂ ਤੈਨੂੰ ਸਲਾਮ ਕਰਵਾ
ਐ ਬੈਣ ਮੈਂ ਜ਼ਿੰਦਗੀ ਇਹ ਪਹਿਲੀ ਵਾਰੀ ਤੁਹਾਡੇ ਕੋਲ ਪੜਦਾ ਪਿਆ। ਅਗਰ ਪਿੱਟ ਕੇ ਚਿੱਟੀਆਂ ਦਾੜੀਆਂ ਤੇ ਨਾ ਚਿੱਟੀਆਂ ਦਾੜੀਆਂ ਲਿਆ ਸੈਣ ਕੋ ਮੈਨੂੰ ਮੋਹਰ ਲਵਾ ਦਿੱਤੀ ਤੇ ਵੱਧ ਮੈਂ ਹਰ ਮਿੰਬਰ ਤੇ ਅਰਦੇ ਦੇ ਪੜਦਾ ਰਹਾ ਸਾ ਤੈਨੂੰ ਵੀ ਸਵਾਬ ਲੱਭਦਾ ਰਹਾ ਸੀ। ਬੀਬੀ ਪੀਰ ਦੀ ਨੋਮ ਤੇ ਹੱਥ ਰੱਖਿਆ ਹੈ ਅਸਗਰ ਦੀ ਮਾਂ ਪੇਕੇ ਜਲਾਲ ਹਾਸ਼ਮੀ ਜਲਾਲ ਚਾਈ ਬੀਬੀ ਤੇਰੇ ਤੇ ਹੱਥ ਰੱਖ ਕੇ ਆਦੀਏ ਮੇਰੇ ਅਲੂ ਵੇਖ ਕੇ ਦੱਸ ਮੇਰੇ ਅਲ ਵੇਖ ਕੇ ਦੱਸ ਜੇ ਔਰਤ ਤੇ ਸੁਣੀ 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 ਜੇ ਔਰਤ ਤੇ ਜੰਗ ਵਾਜਬ ਹੁੰਦੀ ਮੈਂ ਕਤਲ ਅਬਾਸ ਦੱਸਾਂਦੀ। ਹੁਣ ਮਾਤਮ ਕਰੋ ਜੇ ਔਰਤ ਤੇ ਮਾਤਮ ਅਸਗਰ ਹਰ ਬੰਦਾ ਕਰੇ ਅਸਗਰ ਦਾ ਮਾਤਮ ਤੋੜ ਭਾਈ ਪੂਰਾ ਮਜਮਾ ਕਰੇ ਮਾਸੂਮਾ ਹਰ ਬੰਦਾ ਅਗਰ ਚਿਹਰੇ ਦਾ ਮਾਤਮ ਕਰੇ ਸ਼ਰਮ ਨਾ ਕਰੇ ਤਾਂ ਮੈਂ ਪੜਦਾ ਹੋ ਜੇ ਔਰਤ ਤੇ ਜੰਗ ਵਾਜਬ ਹੁੰਦੀ ਮੈਂ ਕਤਲ ਅਬਾ ਮਿਹਰਬਾਨੀ ਜਿੰਨਾ ਚਾਹੇ ਸੁਨੀ ਭਿਰਾਵਾਂ ਬੰਦੇ ਚੋਰਾਂ ਤੇ ਨਿਆਮ ਮੰਨਦੇ ਮੈਂ ਹੁਸੈਨ ਦਾ ਜ਼ਾਕਿਰਾਂ ਮੈਂ ਭਰੀ ਜਵਾਨੀ ਰੱਖ ਲੋਤਾ ਰੁਲ ਕੇ ਮਰਾਂ ਜੇ ਤੇਰੇ ਰੁਆਵਣ ਵਾਸਤੇ ਮੈਂ ਝੂਠ ਪਿਆ ਬੋਲਦਾ ਹਾਂ ਮੈਂ ਤੈਨੂੰ ਨਹੀਂ ਮਾਤਮ ਦਾ ਪਿਆਦਾ ਨਹੀਂ ਪਿਆਦਾ ਬੇ ਤੂੰ ਸ਼ੀਆ ਹੋ ਜਾ ਤੁਸੀਂ ਰੱਬ ਸੁਣ ਕੇ ਲਗਾ ਜਾ ਮਾਤਮ ਇਹੋ ਕਰ ਸਣ ਜਿਨ੍ਹਾਂ ਦੇ ਹੱਥਾਂ ਦੀਆਂ ਲਕੀਰਾਂ ਚ ਰੱਬ ਮਾਤਮ ਲਿਖਿਆ ਉਹ ਸੁਨੀ ਭਿਰਾਂ ਸ਼ਹੀਦ ਕਰਬਲਾ ਦੇ ਨਾਂ ਤੇ ਮੈਂ ਹੱਥ ਰੱਖ ਕੇ ਆਖਿਆ ਮੈਂ ਬੈਤੁੱਲਾ ਦਾ ਹਾਜੀ ਹਾਂ ਮੈਂ ਇਮਾਮ ਦਾ ਜ਼ਵਾਰ ਹਾਂ ਮੈਂ ਭੈਣ ਤੇ ਭਰਾ ਦਾ ਜ਼ਵਾਰ ਹਾਂ ਗਲ ਕੱਪੜਾ ਪਾ ਕੇ ਪਿਆਦਾ ਜਿਸ ਅਸਗਰ ਨੂੰ ਤੀਰ ਮਾਰਿਆ ਹੈ ਕੁੱਤਾ ਹਾਫਿਜ਼ ਕੁਰਾਨ ਆਈ ਮਾਤਮ ਅਸਗਰ ਜਿਸ ਅਸਗਰ ਨੂੰ ਤੀਰ ਮਾਰਿਆ ਹੈ ਕੁੱਤਾ ਹਾਫਿਜ਼ ਕੁਰਾਨ ਆਈ ਲੱਗਾ ਤੀਰ ਅਸਗਰ ਦੇ ਨਹੀਂ ਆ
پڑا آدھے نو وہ پڑ جا جس اصغر نو تیر ماریا ہے او حافظ قرآن آئی اوے ہندوان نو ماریا مسوما دا بھیرا اوے عیسائیان نو ماریا مسوما دا بھیرا اوے کافران نو ماریا مسوما دا بھیرا اوے کلمہ پڑھ کے اینا مسوما دا بھیرا ماریا ہے مادی جنگ ہون دیے شبیر قبر بنائیے قبر بنائی ماں اصغر دی میں لاش دے واسطے قبر بنائیا تو پتر دا جنازہ چا رو رو کے آدیے ہے بانیا شریعت دا نہیں جرات دا میں سمجھا نہیں پیاؤ دفن اچھا میں قربان ہو جاؤں آج ہرمل لانت جس معصوم دا بھیرا ماریا بدنن تو ایک دوجے دے ہاتھ کوئی مرد ہے تے مرے کرے ہر بندہ گل لگ لگ کے ماتم تے میں پڑھا چا ماں کہیا دیے آ جا میرا علی اصغر